ਵਾਹਿਗੁਰੂ ਜੀ। ਤੇਰੀ ਪਨਾਹ ਖੁਦਾਏ, ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀ ਜੈ ਬੰਦਗੀ ਕਬੀਰ ਮਾਇਆ ਡੋਲਨੀ ਪਵਨ ਚਕੋਲ ਨਹਾਰ ਸੰਤਹੁ ਮਾਖਨ ਖਾਇਆ ਛਾਛ ਪੀਏ ਸੰਸਾਰ ਕਬੀਰ ਮਾਇਆ ਡੋਲਨੀ ਪਵਨ ਵਹੈ ਹਿਵਤਾਰ ਜਿਨ ਬਿਲੋਇਆ ਤਿਨ ਖਾਇਆ ਅਵਰ ਬਿਲੋਵਨ ਹਾਰ ਜਿਨ ਬਿਲੋਇਆ ਤਿਨ ਖਾਇਆ ਅਵਰ ਬਿਲੋਵਨ ਹਾਰ ਪਰਮ ਸਨਮਾਨਯੋਗ ਸ਼ਬਦ ਸਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਸੱਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਬੜੀ ਇਕਾਗਰਤਾ ਸਨਮਾਨ ਸਤਿਕਾਰ ਸਹਿਤ ਆਪ ਜੀ ਨੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਗੁਰਬਾਣੀ ਦੇ ਕੀਰਤਨ ਸਤਿਕਾਰਯੋਗ ਭਾਈ ਸਾਹਿਬਾਨ ਜੀ ਦੇ ਪਾਸੋਂ ਜਥੇ ਪਾਸੋਂ ਸ਼ਰਵਣ ਕੀਤੇ ਹਨ। ਸੋ ਗੁਰਮਤਿ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਦਸਮੇਸ਼ ਜੀ ਦੀ ਬਖਸ਼ਿਸ਼ ਕੀਤੀ ਹੋਈ ਮੁਬਾਰਕ ਫਤਿਹ ਆਪਾਂ ਸਾਰੇ ਹੀ ਬੁਲੰਦ ਆਵਾਜ਼ ਵਿੱਚ ਸਾਂਝੀ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਗਤ ਸੰਸਾਰ ਨੇਕ ਪੁਰਖ ਵਾਸਤੇ ਵੀ ਉਹੋ ਜਿਹਾ ਹੀ ਹੈ ਅਤੇ ਬਾਅਦ ਮਾੜੇ ਕਰਮ ਕਰਨ ਵਾਲੇ ਮਨੁੱਖ ਵਾਸਤੇ ਵੀ ਉਹੋ ਜਿਹਾ ਹੀ ਹੈ। ਇਸੇ ਹੀ ਹਵਾ ਵਿੱਚ ਉਹ ਵੀ ਸਾਹ ਲੈ ਰਿਹਾ ਹੈ। ਪੰਜਾਂ ਤੱਤਾਂ ਦਾ ਪੁਤਲਾ ਨੇਕ ਔਰ ਬਾਅਦ ਦੋਨੋਂ ਹੀ ਇਸ ਕੁਦਰਤ ਦੀ ਘਾੜਤ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਵੀ ਜਿੱਥੇ ਤੁਸੀਂ ਵੇਖੋਗੇ ਬਹੁਤਾਤ ਵਾਰ ਐਸੇ ਸ਼ਬਦ ਆਉਂਦੇ ਨੇ ਜਿੱਥੇ ਸਤਿਗੁਰੂ ਨੇ ਮਨਮੁੱਖ ਦੀ ਅਤੇ ਗੁਰਮੁਖ ਦੀ ਚਰਚਾ ਕੀਤੀ ਹੈ। ਅਤੇ ਫਿਰ ਐਸੀ ਚਰਚਾ ਕਰਦਿਆਂ ਕਰਦਿਆਂ ਮਨਮੁੱਖ ਨੂੰ ਅਗਿਆਨੀ ਵੀ ਕਿਹਾ, ਮਨਮੁੱਖ ਨੂੰ ਅੰਧਾ ਵੀ ਕਿਹਾ, ਮਨਮੁੱਖ ਨੂੰ ਭੁੱਲੜ ਵੀ ਕਿਹਾ, ਗੁਰਮੁਖ ਨੂੰ ਸਲਾਹਿਆ ਵੀ ਵੀ ਉਹ ਗੁਰੂ ਦੇ ਉਪਦੇਸ਼ ਰਾਹੀਂ ਨੇਕ ਅਮਲ ਕਮਾਉਂਦਾ ਹੈ।
ਪਰ ਅਖੀਰ ਉੱਤੇ ਜਾ ਕੇ ਕਈ ਵਾਰ ਸ਼ਬਦਾਂ ਵਿੱਚ ਸਤਿਗੁਰੂ ਜੀ ਫਿਰ ਕਹਿ ਦਿੰਦੇ ਨੇ, ਇਹ ਵੀ ਤਾਂ ਤੇਰੇ ਭਾਣੇ 'ਚ ਹੀ ਨੇ, ਇਹ ਮਨਮੁੱਖ ਵੀ ਤੇਰੇ ਭਾਣੇ 'ਚ ਹੈ, ਗੁਰਮੁਖ ਵੀ ਤੇਰੇ ਭਾਣੇ 'ਚ ਹੈ। ਉਸ ਦਾ ਭਾਵ ਇਹ ਨਹੀਂ ਵੀ ਫਿਰ ਕਈ ਵਾਰ ਸਾਡੇ ਮਨਾਂ ਅੰਦਰ ਪ੍ਰਸ਼ਨ ਪੈਦਾ ਹੁੰਦਾ ਵੀ ਜੇ ਭਾਣੇ 'ਚ ਹੀ ਹੈ ਤਾਂ ਫਿਰ ਚਰਚਾ ਕਾਹਦੀ, ਵੀ ਜੇ ਗੁਰਮੁਖ ਨੂੰ ਅਤੇ ਮਨਮੁੱਖ ਨੂੰ ਉੱਤੇ ਅਲੱਗ ਅਲੱਗ ਦਿਸ਼ਾ ਵਿੱਚ ਵਿਚਰਦੇ ਵਿਖਾਇਆ ਵੀ ਮਨਮੁੱਖ ਹੋਰ ਤਰ੍ਹਾਂ ਦੇ ਕੰਮ ਕਰਦਾ ਹੈ, ਗੁਰਮੁਖ ਹੋਰ ਤਰ੍ਹਾਂ ਦੇ ਕਰਦਾ, ਫਿਰ ਅਖੀਰ ਉੱਤੇ ਜਾ ਕੇ ਕਹਿ ਦਿੱਤਾ ਵੀ ਇਹ ਤੇਰੇ ਭਾਣੇ 'ਚ ਨੇ, ਇਹ ਵੀ ਤੇਰੀ ਰਚਨਾ ਹੈ, ਇਹ ਵੀ ਤੇਰੇ ਸਿਰਜੇ ਹੋਏ ਹਨ। ਐਸਾ ਕਹਿਣ ਦਾ ਮੰਤਵ ਸਤਿਗੁਰੂ ਪਾਤਸ਼ਾਹ ਜੀ ਦਾ ਆਪਣੀ ਚੱਲ ਰਹੀ ਉੱਪਰ ਵਾਲੀ ਡਿਬੇਟ ਨੂੰ ਕੁਰਾਏ ਪਾਉਣਾ ਨਹੀਂ ਹੈ, ਬਲਕਿ ਐਸਾ ਕਹਿਣ ਦਾ ਤੱਤ ਭਾਵੇ ਹੈ ਵੀ ਭਾਈ ਮਨਮੁੱਖ ਅਤੇ ਗੁਰਮੁਖ ਜਿਹੜੇ ਨੇ ਉਹ ਆਪਣੇ ਵਿਹਾਰ ਤੋਂ ਪਛਾਣੇ ਜਾਂਦੇ ਨੇ, ਕੋਈ ਪੈਦਾਇਸ਼ੀ ਮਨਮੁੱਖ ਜਾਂ ਗੁਰਮੁਖ ਨਹੀਂ ਹੁੰਦਾ ਵੀ ਤੁਸੀਂ ਕਿਸੇ ਉੱਤੇ ਟੈਗ ਲਾ ਦਿਓ ਵੀ ਇਹ ਮਨਮੁੱਖ ਹੀ ਰਹੇਗਾ ਜਾਂ ਇਹ ਮਨਮੁੱਖ ਹੈ ਜਾਂ ਇਹ ਗੁਰਮੁੱਖ ਹੈ ਜਾਂ ਗੁਰਮੁਖ ਹੀ ਰਹੇਗਾ, ਨਹੀਂ, ਇਹ ਮਨੋਬਿਰਤੀਆਂ ਨੇ। ਅਸੀਂ ਜਿਹੜੀ ਸਤਿਗੁਰੂ ਕਹਿੰਦੇ ਚਰਚਾ ਕਰ ਰਹੇ ਹਾਂ ਉਹ ਕਰਮ ਦੇ ਪੱਧਰ ਉੱਤੇ ਕਰ ਰਹੇ ਹਾਂ, ਪ੍ਰੈਕਟਿਸ ਦੇ ਪੱਧਰ ਉੱਤੇ। ਗੁਰਬਾਣੀ ਦੇ ਅੰਦਰ ਗੁਰਮੁਖ ਦੀ ਚਰਚਾ ਕਰਮ ਦੇ ਪੱਧਰ ਉੱਤੇ ਹੈ, ਮਨਮੁੱਖ ਦੀ ਚਰਚਾ ਵੀ ਕਰਮ ਦੇ ਪੱਧਰ ਉੱਤੇ ਹੈ। ਕਿਸੇ ਨੂੰ ਲਾ ਕੇ, ਕਿਸੇ ਨੂੰ ਸੁਣਾ ਕੇ ਜਾਂ ਕਿਸੇ ਮਨੁੱਖ ਦੇ ਪ੍ਰਤੀ ਨਫ਼ਰਤ ਦਾ ਇਜ਼ਹਾਰ ਕਰਨ ਵਾਸਤੇ ਗੁਰੂ ਨੇ ਨਾ ਕਿਸੇ ਨੂੰ ਸਾਕਤ ਕਿਹਾ, ਨਾ ਮਨਮੁੱਖ ਕਿਹਾ, ਨਾ ਬੇਮੁੱਖ ਕਿਹਾ। ਕਿਸੇ ਮਨੁੱਖ ਦਾ ਕਰੈਕਟਰ ਦੱਸਿਆ ਵੀ ਜਿੱਥੇ ਆਹ ਕਿਰਦਾਰ ਹੈ ਇਹ ਮਨਮੁੱਖਤਾਈ ਦੀ ਨਿਸ਼ਾਨੀ ਹੈ, ਇਹ ਬੇਮੁੱਖਤਾਈ ਦੀ ਨਿਸ਼ਾਨੀ ਹੈ, ਜਿੱਥੇ ਆਹ ਨਿਸ਼ਾਨੀਆਂ ਨੇ ਜੀਵਨ ਵਿੱਚ ਇਹ ਭਾਈ ਗੁਰਮੁਖ ਦੀਆਂ ਨਿਸ਼ਾਨੀਆਂ ਨੇ। ਜਿੱਥੇ ਨੇਕ ਆਚਰਣ ਹੈ, ਚੰਗਾ ਚਾਲ ਚੱਲਣ ਹੈ, ਚੰਗੀ ਸੁਰਤੀ ਹੈ, ਚੰਗਾ ਵਿਹਾਰ ਹੈ, ਇਹ ਸਾਰੀਆਂ ਨਿਸ਼ਾਨੀਆਂ ਸਤਿਗੁਰੂ ਨੇ ਗੁਰਮੁਖ ਦੀਆਂ ਦੱਸੀਆਂ। ਤੋ ਗੁਰਬਾਣੀ ਦੇ ਅੰਦਰ ਜਿਹੜੀ ਚਰਚਾ ਹੈ ਉਹ ਕਿਸੇ ਖਾਸ ਇੱਕ ਅੱਧ ਮਨੁੱਖ ਦੀ ਜਾਂ ਕਿਸੇ ਫਿਜੀਕਲੀ ਚਰਚਾ 'ਚ ਗੁਰੂ ਨਹੀਂ ਪੈ ਰਿਹਾ, ਉਹ ਤਾਂ ਕਰਮ, ਬਿਹੇਵੀਅਰ, ਵਿਹਾਰ, ਪ੍ਰੈਕਟਿਸ, ਜੋ ਅਭਿਆਸ ਅਸੀਂ ਆਪਣੇ ਜੀਵਨ ਵਿੱਚ ਕਰਦੇ ਹਾਂ ਉਸੇ ਨੂੰ ਹੀ ਗੁਰੂ ਨੇ ਭਗਤ ਆਖਿਆ, ਉਸੇ ਨੂੰ ਹੀ ਸੰਤ ਆਖਿਆ, ਉਸੇ ਨੂੰ ਹੀ ਗੁਰਮੁਖ ਆਖਿਆ, ਉਸੇ ਨੂੰ ਜਾਨ ਅਤੇ ਸੇਵਕ ਆਖਿਆ, ਔਰ ਦੂਜੇ ਪਾਸੇ ਉਹਨਾਂ ਨੂੰ ਹੀ ਮਨਮੁੱਖ, ਬੇਮੁੱਖ, ਸਾਕਤ, ਅਗਿਆਨੀ, ਅੰਧੇ ਇਤਿਆਦਿਕ ਸ਼ਬਦ ਵਰਤੇ ਨੇ। ਇਹ ਵੀ ਹੋ ਸਕਦਾ ਦੂਜਾ ਪੱਖ ਇੱਕ ਹੋਰ ਵਿਚਾਰ ਲਈਏ, ਪਲ ਭਰ ਵਿੱਚ ਜਦੋਂ ਮੇਰਾ ਜੀਵਨ, ਜਦੋਂ ਮੇਰੀ ਸੁਰਤ, ਜਦੋਂ ਮੇਰੇ ਅੰਦਰ ਟਿਕਾ ਬਣਿਆ ਹੋਇਆ ਅਤੇ ਮੈਂ ਨੇਕ ਚਾਲ ਚੱਲਣ ਕਰ ਰਿਹਾ ਅਤੇ ਮੈਂ ਉਸ ਵੇਲੇ ਗੁਰਮੁਖ ਹਾਂ। ਹੋ ਸਕਦਾ ਸੰਸਾਰ ਦੀ ਚਿੱਕੜਬਾਜ਼ੀ ਵਿੱਚ ਪੈ ਕੇ ਮੈਂ ਮੰਦੇ ਅਮਲਾਂ ਵਿੱਚ ਡਿੱਗ ਪਵਾਂ ਕੱਲ੍ਹ ਨੂੰ, ਅਤੇ ਉਸ ਵੇਲੇ ਮੇਰੀ ਦਸ਼ਾ ਗੁਰਮੁਖਾਂ ਵਾਲੀ ਨਹੀਂ ਹੋਏਗੀ, ਉਸ ਵੇਲੇ ਮੈਂ ਮਨਮੁੱਖ ਹੋਵਾਂਗਾ। ਗੁਰੂ ਨੇ ਆਖਿਆ ਪਲ ਪਲ ਅਸੀਂ ਆਪਣੇ ਮਨ ਵਿੱਚ ਅਨੇਕ ਤਰ੍ਹਾਂ ਦੀਆਂ ਅਵਸਥਾਵਾਂ ਹੰਢਾਉਂਦੇ ਹਾਂ ਅੰਦਰੋਂ, ਜਿਹੋ ਜੀ ਸਾਡੀ ਸੁਰਤ ਹੈ ਉਹ ਸਾਡਾ ਕਿਰਦਾਰ ਹੈ। ਇਸੇ ਲਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਦਾਰ ਨੂੰ ਅਮਲ ਨਾਲ ਜੋੜਿਆ ਵੀ ਜੈਸਾ ਤੇਰਾ ਅਮਲ ਹੈ ਤੈਸਾ ਤੇਰਾ ਕਿਰਦਾਰ ਹੈ, ਜੇ ਤੇਰਾ ਅਮਲ ਉੱਚਾ ਹੈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਸ ਵੇਲੇ ਮੱਕਾ ਸ਼ਰੀਫ ਜਾਂਦੇ ਨੇ ਅਤੇ ਭਾਈ ਗੁਰਦਾਸ ਜੀ ਨੇ ਉਹਦਾ ਸੰਵਾਦ ਲਿਖਦਿਆਂ ਹੋਇਆਂ ਕਿਹਾ ਵੀ ਉੱਥੇ ਪ੍ਰਸ਼ਨ ਕੀਤਾ ਗਿਆ ਵੀ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਹਾਲਾਂਕਿ ਅੱਜ ਦੇ ਸਮੇਂ ਵਿੱਚ ਗੈਰ ਮੁਸਲਮਾਨ ਮੱਕੇ ਨਹੀਂ ਜਾ ਸਕਦਾ, ਪਰ ਇਤਿਹਾਸਕਾਰਾਂ ਨੇ, ਸਾਖੀਕਾਰਾਂ ਨੇ ਜ਼ਿਕਰ ਕੀਤਾ ਵੀ ਉਹਨਾਂ ਸਮਿਆਂ 'ਚ 15ਵੀਂ 16ਵੀਂ ਸਦੀ ਦੇ ਵਿੱਚ ਗੈਰ ਮੁਸਲਮਾਨ ਵੀ ਚਲੇ ਜਾਂਦੇ ਸਨ, ਪਰ ਇਹਦੇ ਨਾਲ ਨਾਲ ਉਹਨਾਂ ਇੱਕ ਖਾਸ ਜ਼ਿਕਰ ਕੀਤਾ ਵੀ ਫਕੀਰਾਂ ਦਾ ਮਜ਼ਹਬ ਅਤੇ ਜ਼ਾਤ ਬਿਲਕੁਲ ਨਹੀਂ ਸੀ ਪੁੱਛੀ ਜਾਂਦੀ, ਫਕੀਰ ਅਕਸਰ ਹੀ ਮੱਕੇ ਤੱਕ ਚਲੇ ਜਾਂਦੇ ਸਨ, ਫਕੀਰਾਂ ਵਿੱਚ ਮਜ਼ਹਬ ਪੁੱਛਣ ਦਾ ਰਿਵਾਜ ਨਹੀਂ ਸੀ ਹੁੰਦਾ ਵੀ ਤੇਰਾ ਇਸ ਫਕੀਰ ਦਾ ਮਜ਼ਹਬ ਕੀ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਜਦੋਂ ਗਏ ਤਾਂ ਉਹਨਾਂ ਦੀ ਚਰਚਾ, ਡਿਬੇਟ, ਸੰਵਾਦ ਹੋਇਆ ਅਤੇ ਉਸ ਸੰਵਾਦ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਿਆ ਗਿਆ ਹਿੰਦੂ ਵੱਡਾ ਕਿ ਮੁਸਲਮਾਨ ਹੋਈ।
ਗੁਰੂ ਨਾਨਕ ਮਹਾਰਾਜ ਪਾਤਸ਼ਾਹ ਕਿਸੇ ਖਾਸ ਧੜੇ ਵੱਲ ਨਹੀਂ ਸਨ ਖੜੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣਾ ਫੈਸਲਾ ਕਿਸੇ ਮਨੁੱਖਾਂ ਦੀ ਭੀੜ ਦੇ ਹੱਕ ਵਿੱਚ ਨਹੀਂ ਦਿੱਤਾ, ਆਪਣਾ ਫੈਸਲਾ ਉਹਨਾਂ ਅਮਲ ਦੇ ਹੱਕ ਵਿੱਚ ਦਿੱਤਾ। ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਦਸ਼ਮੇਸ਼ ਪਿਤਾ ਮਹਾਰਾਜ ਆਗਰੇ ਦੇ ਕਿਲ੍ਹੇ ਵਿੱਚ ਨੇ, ਬਹਾਦਰ ਸ਼ਾਹ ਨੇ ਜਾਜੋ ਦੇ ਮੈਦਾਨ ਵਿੱਚ ਸਹਾਇਤਾ ਮੰਗੀ ਸੀ। ਸਤਿਗੁਰੂ ਨੇ ਆਸ਼ੀਰਵਾਦ ਰੂਪ ਵਿੱਚ ਕੁਝ ਸਿੱਖਾਂ ਨੂੰ ਭੇਜਿਆ ਸੀ। ਜਾਜੋ ਦੇ ਮੈਦਾਨ ਵਿੱਚ ਬਹਾਦਰ ਸ਼ਾਹ ਨੇ ਜੰਗ ਜਿੱਤ ਲਈ। ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਉਹਨਾਂ ਨਿਉਂਤਾ ਦਿੱਤਾ, ਮਹਾਰਾਜ ਮੇਰੇ ਦਰਬਾਰ ਵਿੱਚ ਆਓ, ਮੈਂ ਆਪ ਜੀ ਦਾ ਆਪ ਨੂੰ ਨਿਉਂਤਾ ਦਿੰਦਾ ਆਦਰ ਸਹਿਤ। ਸਤਿਗੁਰੂ ਜੀ ਉੱਥੇ ਗਏ। ਦੋ ਘਟਨਾਵਾਂ ਅਹਿਮ ਵਾਪਰੀਆਂ ਉਸ ਜਗ੍ਹਾ ਦੇ ਉੱਤੇ। ਪਹਿਲੀ ਤਾਂ ਗੱਲ ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਕੁਰਸੀ ਜਿਹੜੀ ਸੀ, ਆਸਣ ਜਿਹੜਾ ਸੀ, ਉਹ ਬਾਦਸ਼ਾਹ ਦੀ ਕੁਰਸੀ ਦੇ ਬਰਾਬਰ ਲਾਇਆ ਗਿਆ। ਇਹ ਮੁਗਲ ਸ਼ਾਹੀ ਦੇ ਦਰਬਾਰੀ ਪ੍ਰੋਟੋਕਾਲ ਤੋਂ ਬਿਲਕੁਲ ਉਲਟ ਵਾਪਰਿਆ ਸੀ। ਦੂਜੀ ਗੱਲ, ਉੱਥੇ ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੂੰ ਖਿਲਤ ਭੇਟ ਕੀਤੀ ਗਈ, ਇੱਕ ਵੱਡੇ ਥਾਲ ਦੇ ਵਿੱਚ ਇੱਕ ਸੋਹਣੀ ਦਸਤਾਰ ਹੁੰਦੀ ਸੀ, ਗਲ ਵਿੱਚ ਪਹਿਨਣ ਵਾਲਾ ਇੱਕ ਗਾਊਨ ਹੁੰਦਾ ਸੀ, ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ, ਕੁਝ ਧੁੱਕ ਧੁੱਕੀ, ਜੜਾਊ ਕੰਗਣ, ਇਸ ਤਰ੍ਹਾਂ ਦੀਆਂ ਚੀਜ਼ਾਂ, ਮੋਤੀਆਂ ਦੀ ਮਾਲਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਨੂੰ ਹੱਥਾਂ ਨਾਲ ਛੋਹਿਆ ਅਤੇ ਉਹਨਾਂ ਦਾ ਸੇਵਾਦਾਰ ਚੁੱਕ ਕੇ ਉਸ ਥਾਲੀ ਨੂੰ ਦਰਬਾਰ ਤੋਂ ਬਾਹਰ ਲੈ ਗਿਆ। ਮੁਗਲ ਕਾਲ ਦਾ ਪ੍ਰੋਟੋਕਾਲ ਹੁੰਦਾ ਸੀ ਵੀ ਬਾਦਸ਼ਾਹ ਆਪਣੇ ਹੱਥਾਂ ਨਾਲ ਕਿਸੇ ਨੂੰ ਚੀਜ਼ ਦੇ ਰਿਹਾ ਤਾਂ ਉਹਨੇ ਦਰਬਾਰ ਵਿੱਚ ਹੀ ਉਹਨੂੰ ਪਹਿਨਣਾ ਹੁੰਦਾ ਸੀ, ਇਹ ਰਵਾਇਤ ਸੀ। ਪਰ ਹਜ਼ੂਰ ਨੇ ਉਹਨੂੰ ਪਹਿਨਿਆ ਨਹੀਂ। ਕੋਲ ਬੈਠੇ ਹੋਏ ਕਾਜ਼ੀਆਂ ਨੇ ਓਬਜੈਕਸ਼ਨ ਕੀਤਾ, ਆਖਿਆ ਇਹ ਦਰਬਾਰ ਦਾ ਨਿਯਮ ਨਹੀਂ ਹੈ, ਇਹ ਕਾਇਦਾ ਨਹੀਂ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਹਨਾਂ 'ਚੋਂ ਇੱਕ ਅੱਧ ਚੀਜ਼ ਪਹਿਲਣੀ ਚਾਹੀਦੀ ਹੈ ਤਾਂ ਕਿ ਬਾਦਸ਼ਾਹ ਦਾ ਸਨਮਾਨ ਬਹਾਲ ਰਹੇ। ਅੱਜ ਤੱਕ ਐਸਾ ਨਹੀਂ ਹੋਇਆ। ਬਾਦਸ਼ਾਹ ਨੇ ਇੱਕੇ ਗੱਲ ਨਾਲ ਉਹਨਾਂ ਨੂੰ ਟੋਕਦਿਆਂ ਕਿਹਾ, ਸਾਡੇ ਕਾਇਦੇ ਗੁਰੂ ਗੋਬਿੰਦ ਸਿੰਘ ਸਾਹਿਬ 'ਤੇ ਲਾਗੂ ਨਹੀਂ ਹੁੰਦੇ, ਇਹ ਖਿਲਤ ਲੈਣ ਲਈ ਆਏ, ਅਸੀਂ ਇਹਨਾਂ ਨੂੰ ਭੇਟ ਕੀਤੀ ਹੈ, ਇਹ ਸਨਮਾਨ ਲੈਣ ਨਹੀਂ ਆਏ, ਅਸੀਂ ਇਹਨਾਂ ਨੂੰ ਸਨਮਾਨ ਦੇ ਰਹੇ ਹਾਂ, ਅਸੀਂ ਇਹਨਾਂ ਨੂੰ ਬੁਲਾਇਆ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਕਾਜ਼ੀਆਂ ਦੇ ਕਹਿਣ ਦੇ ਉੱਤੇ ਬਹਾਦਰ ਸ਼ਾਹ ਨੇ ਪ੍ਰਸ਼ਨ ਕੀਤਾ, ਮਜ਼ਹਬ ਤੁਮਾਰਾ ਖੂਬ ਕਿ ਮਜ਼ਹਬ ਹਮਾਰਾ ਖੂਬ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਉੱਤਰ ਸੀ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਇਹ ਉਸ ਅੰਦਰ ਦੀ ਕੱਟੜ ਦਿਲੀ ਦੇ ਉੱਤੇ ਭਾਰੀ ਚੋਟ ਸੀ ਵੀ ਜੇ ਤੂੰ ਕਮਾਲ ਹੈ ਤਾਂ ਤੇਰਾ ਵੀ ਖੂਬ ਹੈ, ਜੇ ਅਮਲ ਹੀ ਨੀਵਾਂ ਰਹਿ ਜਾਏ ਤਾਂ ਫਿਰ ਭਾਵੇਂ ਬੰਦਾ ਲੱਖ ਕਹੀ ਜਾਏ ਮੇਰਾ ਮਜ਼ਹਬ ਖੂਬ ਹੈ, ਮੇਰਾ ਮਜ਼ਹਬ ਤਾਂ ਉੱਚਾ ਹੋਏਗਾ ਪਰ ਮੈਂ ਤਾਂ ਨੀਵਾਂ ਨਾ, ਮੇਰਾ ਤਾਂ ਕਰਮ ਉੱਚਾ ਨਹੀਂ ਨਾ ਹੋਇਆ। ਸੰਸਾਰ ਦੇ ਅੰਦਰ ਬਹੁਤਾਤ ਜ਼ੋਰ ਮਨੁੱਖ ਦਾ ਇਸੇ ਗੱਲ ਦੇ ਉੱਤੇ ਲੱਗਦਾ ਹੈ ਵੀ ਉਹ ਇਹ ਦੁਨੀਆ ਨੂੰ ਦੱਸ ਸਕੇ ਮੇਰੀ ਭਾਸ਼ਾ ਅਮੀਰ ਹੈ, ਮੇਰਾ ਪਹਿਰਾਵਾ ਚੰਗਾ ਹੈ, ਮੇਰਾ ਮਜ਼ਹਬ, ਮੇਰੇ ਮਜ਼ਹਬ ਦੀਆਂ ਕਦਰਾਂ ਕੀਮਤਾਂ ਉੱਚੀਆਂ ਹਨ। ਚੰਗੀ ਗੱਲ, ਹਰ ਮਨੁੱਖ ਨੂੰ ਆਪਣੇ ਕਲਚਰ ਅਤੇ ਵਿਰਾਸਤ 'ਤੇ ਮਾਣ ਹੁੰਦਾ ਔਰ ਦੱਸਣਾ ਵੀ ਬਣਦਾ ਹੈ, ਪਰ ਨਾਲ ਨਾਲ ਦੂਜੇ ਪੱਖ ਵੱਲ ਵੀ ਧਿਆਨ ਦੇਣਾ ਬਣਦਾ ਹੈ। ਮੇਰੀ ਭਾਸ਼ਾ ਤਾਂ ਅਮੀਰ ਹੈ ਪਰ ਕੀ ਮੈਂ ਉਸ ਭਾਸ਼ਾ ਦੇ ਵਿੱਚ ਹਰ ਵੇਲੇ ਜੇ ਮੰਦੀ ਗੱਲ ਹੀ ਕਰਨੀ ਹੈ ਤਾਂ ਮੇਰੀ ਭਾਸ਼ਾ ਦੀ ਅਮੀਰੀ ਦਾ ਮੈਨੂੰ ਕੀ ਫਾਇਦਾ ਹੋਇਆ। ਮੇਰਾ ਪਹਿਰਾਵਾ ਬੜਾ ਵਧੀਆ ਹੈ ਪਰ ਉਸ ਪਹਿਰਾਵੇ ਥੱਲੇ ਜੇ ਮੈਂ ਪਾਪ ਹੀ ਢੱਕਣੇ ਨੇ ਤਾਂ ਇਹਦਾ ਮਤਲਬ ਮੈਂ ਆਪਣੇ ਪਹਿਰਾਵੇ ਨੂੰ ਖੁਦ ਹੀ ਨਿਵਾਣਾ ਵੱਲ ਲਿਜਾਉਣ ਦਾ ਕਾਰਨ ਬਣ ਰਿਹਾ। ਮੇਰਾ ਮਜ਼ਹਬ ਤਾਂ ਉੱਚਾ ਹੈ, ਮੇਰਾ ਮਜ਼ਹਬ ਤਾਂ ਚੰਗਾ ਹੈ ਪਰ ਜੇ ਉਸ ਮਜ਼ਹਬ ਦੀਆਂ ਚੰਗੀਆਂ ਕਦਰਾਂ ਕੀਮਤਾਂ ਨੂੰ ਆਪਣੇ ਜੀਵਨ ਵਿੱਚ ਵਸਾ ਕੇ ਮੈਂ ਆਪਣਾ ਅਤੇ ਆਪਣੇ ਆਲੇ ਦੁਆਲੇ ਵਿੱਚ ਭਲਾ ਬਣ ਕੇ ਨਹੀਂ ਵਿਚਰ ਸਕਿਆ ਅਤੇ ਮਜ਼ਹਬ ਦੀ ਚੰਗਿਆਈ ਦਾ ਮੈਨੂੰ ਕੀ ਲਾਭ ਹੋਇਆ। ਇਹ ਤਾਂ ਉਵੇਂ ਦੀ ਗੱਲ ਹੈ ਕੋਈ ਖਜ਼ਾਨੇ ਦੇ ਢੇਰ 'ਤੇ ਬਹਿ ਕੇ ਵੀ ਸਾਰੀ ਉਮਰ ਭੀਖ ਮੰਗਦਾ ਰਹੇ।
ਇਹ ਤਾਂ ਉਵੇਂ ਦੀ ਗੱਲ ਹੈ ਕਿਸੇ ਦੀ ਰਸੋਈ ਵਿੱਚ 36 ਪ੍ਰਕਾਰ ਦੇ ਪਕਵਾਨ ਬਣੇ ਹੋਣ ਅਤੇ ਉਹ ਰੋਟੀ 3 ਟਾਈਮ ਮੰਗਣ ਵਾਸਤੇ ਗੁਆਂਢੀਆਂ ਦੇ ਘਰ ਵਿੱਚ ਜਾਂਦਾ ਹੋਵੇ। ਐਸੇ ਮਨੁੱਖ ਦੀ ਦਸ਼ਾ ਉਸ ਰਾਜੇ ਵਰਗੀ ਹੈ ਜਿਹੜਾ ਹੈ ਤਾਂ ਰਾਜਾ ਪਰ ਉਸਨੂੰ ਆਪਣੀ ਹੈਸੀਅਤ ਦਾ ਚੇਤਾ ਭੁੱਲ ਗਿਆ ਜਾਂ ਦਾਸ਼ਤ ਕਮਜ਼ੋਰ ਹੋ ਗਈ ਅਤੇ ਉਹ ਫਟੇ ਪੁਰਾਣੇ ਕੱਪੜਿਆਂ ਦੇ ਨਾਲ ਥਾਂ ਥਾਂ ਦੇ ਉੱਤੇ ਠੋਕਰਾਂ ਖਾਂਦਾ ਫਿਰਦਾ, ਭੀਖ ਮੰਗਦਾ ਫਿਰਦਾ। ਤਾਂ ਸਤਿਗੁਰੂ ਨੇ ਆਖਿਆ ਵੀ ਅਸੀਂ ਸੱਚਮੁੱਚ ਹੀ ਅਮੀਰ ਤਦੋਂ ਹੁੰਦੇ ਹਾਂ ਜਦੋਂ ਸਾਡਾ ਕਰਮ ਵੀ ਅਮੀਰ ਹੋਣਾ ਸ਼ੁਰੂ ਹੋ ਜਾਏ। ਅਸੀਂ ਸੱਚਮੁੱਚ ਚੰਗੇ ਉਦੋਂ ਬਣਦੇ ਹਾਂ ਜਦੋਂ ਸਾਡਾ ਆਪਣਾ ਜੀਵਨ ਵੀ ਥੋੜ੍ਹਾ ਜਿਹਾ ਚੰਗਾ ਹੋਣਾ ਸ਼ੁਰੂ ਹੋ ਜਾਏ। ਮਜ਼ਹਬ ਦੀਆਂ ਕਦਰਾਂ ਕੀਮਤਾਂ ਨੂੰ ਚੰਗੇ ਹੋਣ ਦਾ ਪ੍ਰਮਾਣ ਵੀ ਚੰਗੇ ਲੋਕ ਹੀ ਦਿਵਾਉਂਦੇ ਨੇ। ਜੇ ਸਾਨੂੰ ਕੋਈ ਪੁੱਛੇ ਤੁਹਾਡੇ ਮਜ਼ਹਬ ਦੀ ਪ੍ਰੈਕਟਿਸ ਕਿਵੇਂ ਹੋ ਸਕਦੀ ਹੈ, ਤੁਸੀਂ ਕਿਹਦਾ ਨਾਂ ਲਓਂਗੇ? ਮੈਂ ਇੱਕ ਲਿਖਾਰੀ ਦਾ ਬਚਨ ਪੜ੍ਹਿਆ, ਉਹ ਲਿਖਦਾ ਹੈ ਕਹਿੰਦਾ ਅਸੀਂ ਸਮਾਜ 'ਚ ਕਿਤੇ ਜਾਈਏ, ਦੁਨੀਆ 'ਚ ਕਿਤੇ ਜਾਈਏ ਤਾਂ ਸਾਨੂੰ ਆਪਣੀ ਪਛਾਣ ਵਜੋਂ ਕੁਝ ਡਾਕੂਮੈਂਟ ਸ਼ੋ ਕਰਨੇ ਪੈਂਦੇ ਨੇ। ਪੁਲਿਸ ਵਾਲਾ ਮਿਲਿਓ ਸਾਨੂੰ ਕਹੇਗਾ ਆਪਣੀ ID ਦਿਓ, ਤੁਸੀਂ ਕੌਣ ਹੋ? ਅਸੀਂ ਆਪਣਾ ਲੱਖ ਨਾਂ ਦੱਸੀ ਜੇ, ਉਹ ਕਹੇਗਾ ਮੈਂ ਬਿਲੀਵ ਨਹੀਂ ਕਰਦਾ ਜਿੰਨਾ ਚਿਰ ਮੈਂ ਤੁਹਾਡੀ ID ਨਹੀਂ ਦੇਖ ਲੈਂਦਾ। ਤੁਸੀਂ ਡਰਾਈਵਿੰਗ ਲਾਇਸੈਂਸ ਦਿੰਦੇ ਹੋ, ਆਪਣੀ ID ਦਿੰਦੇ ਹੋ, ਕੁਝ ਵੀ ਐਸਾ ਡਾਕੂਮੈਂਟ ਦਿੰਦੇ ਹੋ, ਇੰਟਰਨੈਸ਼ਨਲ ਤੌਰ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਕਿਤੇ ਜਾਣਾ ਹੋਵੇ ਤਾਂ ਅਸੀਂ ਆਪਣਾ ਪਾਸਪੋਰਟ ਦਿੰਦੇ ਹਾਂ ਵੀ ਆਹ ਮੇਰੀ ਪਛਾਣ ਹੈ। ਇਸੇ ਤਰ੍ਹਾਂ ਉਹ ਕਹਿੰਦਾ ਹੈ ਦੁਨੀਆ ਦੇ ਅੰਦਰ ਤੁਸੀਂ ਜਿਸ ਪਾਲੇ ਵਿੱਚ ਖਲੋਤੇ ਹੋ, ਸੰਸਾਰ ਤੁਹਾਨੂੰ ਪੁੱਛਦਾ ਤੁਸੀਂ ਕੌਣ ਹੋ? ਤੁਸੀਂ ਆਪਣਾ ਮਜ਼ਹਬ ਦੱਸਦੇ ਹੋ, ਆਪਣੀ ਪਛਾਣ ਦੱਸਦੇ ਹੋ, ਆਪਣੇ ਕਲਚਰ ਬਾਰੇ ਦੱਸਦੇ ਹੋ, ਪਰ ਜਦੋਂ ਪੁੱਛਦਾ ਇਹ ਕਲਚਰ ਕੈਸਾ ਹੈ, ਇਹ ਮਜ਼ਹਬ ਨੂੰ ਕਿਹਨੇ ਕਮਾਇਆ ਅੱਜ ਤੱਕ, ਤਾਂ ਤੁਹਾਡੇ ਕੋਲ ਪੇਸ਼ ਕਰਨ ਵਾਸਤੇ ਮਹਾਨ ਲੋਕਾਂ ਦੇ ਨਾਂ ਹੁੰਦੇ ਨੇ। ਮੰਨ ਲਓ ਮੈਨੂੰ ਕੋਈ ਪੁੱਛੇ ਤੂੰ ਕੌਣ ਹੈ, ਮੈਂ ਆਖਾਂਗਾ ਸਿੱਖ ਹੈ, ਉਹ ਆਖੇਗਾ ਇਹ ਸਿੱਖ ਰਿਲੀਜ਼ਨ ਕਿਹਦਾ ਸ਼ੁਰੂ ਕੀਤਾ ਹੋਇਆ, ਕੌਣ ਹੈ ਇਹਦਾ ਕਰਤਾ ਧਰਤਾ, ਗੁਰੂ ਨਾਨਕ ਤੋਂ ਬਿਨਾਂ ਮੇਰੇ ਕੋਲ ਕਿਹਦਾ ਨਾਂ ਹੈ ਜਿਹਦਾ ਮੈਂ ਲੈ ਦਿਆਂ? ਇਸ ਸੱਚਮੁੱਚ ਇਹਦੀ ਪ੍ਰੈਕਟਿਸ ਹੋ ਸਕਦੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੌਜੂਦ ਹੈ, ਤਾਂ ਮੈਨੂੰ ਆਪਣੇ ਇਤਿਹਾਸ ਦੇ ਪੰਨਿਆਂ ਵੱਲ ਪਰਤਣਾ ਪਏਗਾ। ਹਾਂ, ਇਸ ਦੀ ਪ੍ਰੈਕਟਿਸ ਕੀਤੀ ਜਾ ਸਕਦੀ ਹੈ, ਇਹਦਾ ਅਭਿਆਸ ਕੀਤਾ ਜਾ ਸਕਦਾ ਹੈ, ਇਹਨੂੰ ਪ੍ਰੈਕਟੀਕਲ ਸ਼ੇਪ ਦਿੱਤੀ ਜਾ ਸਕਦੀ ਆ। ਵੇਖੋ ਸਾਡੇ ਕੋਲ ਇਹਦੀ ਹਿਸਟਰੀ ਮੌਜੂਦ ਹੈ, ਜਿਨ੍ਹਾਂ ਨੇ ਗੁਰਬਾਣੀ ਦੇ ਇਸ ਉਪਦੇਸ਼ ਨੂੰ ਪ੍ਰੈਕਟਿਸ ਵਿੱਚ ਲਿਆਂਦਾ ਉਹਨਾਂ ਨੇ ਸੱਚਮੁੱਚ ਇਹਨੂੰ ਜੀ ਕੇ ਵਿਖਾਇਆ ਵੀ ਇਹ ਪ੍ਰੈਕਟਿਸ ਲਿਆਂਦੀ ਜਾ ਸਕਦੀ ਹੈ ਚੀਜ਼। ਗੁਰਬਾਣੀ ਕੋਈ ਐਸੇ ਮੰਤਰ ਨਹੀਂ ਹਨ ਜਿਹੜੇ ਕੇਵਲ ਪੜ੍ਹੇ ਅਤੇ ਸੁਣੇ ਜਾਣ ਅਤੇ ਉਹਨਾਂ ਨੂੰ ਛੱਡ ਦਿੱਤਾ ਜਾਏ, ਨਹੀਂ, ਗੁਰਬਾਣੀ ਹਰ ਪਲ ਹਰ ਘੜੀ ਹਰ ਸਾਹ ਦੇ ਨਾਲ ਤੁਹਾਡੇ ਜੀਵਨ ਦੀਆਂ ਸੱਚਾਈਆਂ ਦੇ ਤੁਹਾਨੂੰ ਰੂਬਰੂ ਕਰਦੀ ਹੈ ਬਾਰ ਬਾਰ। ਗੁਰਬਾਣੀ ਦੀ ਇਹੀ ਸਭ ਤੋਂ ਵੱਡੀ ਮਹਾਨਤਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਵੀ ਨੇਕ ਅਮਲ ਮਨੁੱਖ ਨੂੰ ਉੱਚਿਆਂ ਕਰਦੇ ਨੇ ਅਤੇ ਉਹਦੇ ਨਾਲ ਨਾਲ ਇਹ ਪ੍ਰਮਾਣ ਪੱਤਰ ਬਣ ਜਾਂਦੇ ਨੇ ਵੀ ਇਹ ਸਾਡਾ ਮਜ਼ਹਬ ਚੰਗਾ ਹੈ, ਸੱਚਮੁੱਚ ਹੀ ਅਸੀਂ ਇਹਦੀਆਂ ਕਦਰਾਂ ਕੀਮਤਾਂ ਨੂੰ ਜੀ ਕੇ ਐਸਾ ਜੀਵਨ ਬਣਾਇਆ। ਜਿਵੇਂ ਕਿਸੇ ਫਸਲ ਨੂੰ ਵੇਖ ਕੇ ਜ਼ਮੀਨ ਦੇ ਚੰਗੇ ਹੋਣ ਦਾ ਅੰਦਾਜ਼ਾ ਲੱਗ ਜਾਂਦਾ, ਫਸਲ ਮਾੜੀ ਹੋਵੇ ਕਮਜ਼ੋਰ ਹੋਵੇ ਤਾਂ ਸਾਨੂੰ ਪਤਾ ਲੱਗ ਜਾਂਦਾ ਜ਼ਮੀਨ ਚੰਗੀ ਨਹੀਂ, ਮਿੱਟੀ ਚੰਗੀ ਨਹੀਂ, ਅਤੇ ਜੇ ਜ਼ਮੀਨ ਉੱਥੇ ਜੇ ਫਸਲ ਲਹਿਲਹਾ ਰਹੀ ਹੋਵੇ, ਬੜੀ ਭਰਵੀਂ ਫਸਲ ਹੋਵੇ ਤਾਂ ਸਾਨੂੰ ਪਤਾ ਹੁੰਦਾ ਵੀ ਜ਼ਮੀਨ ਚੰਗੀ ਹੈ, ਚੰਗੀ ਉਪਜਾਊ ਫਸਲ ਪੈਦਾ ਕਰਦੀ ਹੈ। ਤਾਂ ਜ਼ਮੀਨ ਦੇ ਚੰਗੇ ਮਾੜੇ ਹੋਣ ਦਾ ਉਹਦੀ ਫਸਲ ਤੋਂ ਅੰਦਾਜ਼ਾ ਲੱਗਦਾ, ਕਿਸੇ ਫਲਦਾਰ ਬੂਟੇ ਦੇ ਚੰਗੇ ਹੋਣ ਦਾ ਉਹਦੇ ਫਲਾਂ ਤੋਂ ਅੰਦਾਜ਼ਾ ਲੱਗਦਾ, ਇਸੇ ਤਰ੍ਹਾਂ ਕਿਸੇ ਮਜ਼ਹਬ ਦੇ ਚੰਗੇ ਹੋਣ ਦਾ ਉਸ ਮਜ਼ਹਬ ਦੀਆਂ ਕਦਰਾਂ ਕੀਮਤਾਂ ਨੂੰ ਜੀਣ ਵਾਲੇ ਲੋਕਾਂ ਤੋਂ ਪਤਾ ਲੱਗਦਾ, ਜੇ ਉਹਨਾਂ ਵਿੱਚ ਇਮਾਨ ਪ੍ਰਸਤੀ ਹੈ, ਜੇ ਉਹਨਾਂ 'ਚ ਯਕੀਨ ਹੈ ਆਪਣੇ ਧਰਮ ਪ੍ਰਤੀ, ਜੇ ਉਹ ਉਹਨੂੰ ਜੀਂਦੇ ਨੇ, ਉਹਨੂੰ ਹੰਡਾਉਂਦੇ ਨੇ, ਉਹਦੇ 'ਤੇ ਮਾਣ ਕਰਦੇ ਨੇ, ਚੰਗਾ ਆਚਰਣ ਸਿਰਜਦੇ ਨੇ, ਤਾਂ ਇਹਦਾ ਮਤਲਬ ਜ਼ਮੀਨ ਚੰਗੀ ਹੈ ਜਿੱਥੇ ਫਸਲ ਖੜੀ ਹੈ।
ਬੂਟਾ ਵਧੀਆ ਜਿਸ ਨਾਲ ਇੰਨੇ ਵਧੀਆ ਸੋਹਣੇ ਫਲ ਲੱਗੇ ਨੇ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੀਵਨ ਵਿੱਚ ਇਹ ਘਟਨਾ ਆਉਂਦੀ ਹੈ, ਜਿਸ ਵੇਲੇ ਇੱਕ ਜੋਗੀ ਸਿੱਖ ਦੇ ਦਰਵਾਜ਼ੇ ਦੇ ਉੱਤੇ ਆ ਕੇ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਸਵਰਗ ਦਵਾ ਸਕਦਾ ਜੇ ਤੂੰ ਮੇਰੇ ਦਰਸ਼ਨ ਕਰ ਲੈ। ਸਿੱਖ ਕਹਿੰਦਾ ਮੈਨੂੰ ਸਵਰਗ ਚਾਹੀਦਾ ਹੀ ਨਹੀਂ, ਜਿਹੜੇ ਲਾਲਚ ਤੂੰ ਦੇਣ ਆਇਆ, ਮੈਂ ਤਾਂ ਸਵਰਗ ਦੀ ਇੱਛਾ ਹੀ ਕੋਈ ਨਹੀਂ। ਸੱਚ ਜਾਣੋ ਅਸੀਂ ਆਪਣੀ ਸਾਰੀ ਹਯਾਤੀ ਵਿੱਚ ਜੋ ਸਾਨੂੰ ਅੱਜ ਕਰ ਲੈਣਾ ਚਾਹੀਦਾ ਉਹ ਅਸੀਂ ਕਰਦੇ ਨਹੀਂ, ਅਤੇ ਜਿਹਦੀ ਕੋਈ ਹੋਂਦ ਹੀ ਨਹੀਂ ਉਹ ਸੁਪਨੇ ਵਿੱਚ ਅਸੀਂ ਸਦਾ ਹੀ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਇਹ ਉਹ ਬਚਕਾਨੀਆਂ ਗੱਲਾਂ ਨੇ। ਗੁਰਬਾਣੀ ਨੇ ਤਾਂ ਸੁਰਤ ਨੂੰ ਇੰਨਾ ਉੱਚਿਆਂ ਕਰ ਦੇਣਾ ਜਿੱਥੇ ਕਿਹਾ ਜਾਣਾ ਸੁਰਗ ਵਾਸ ਨਾ ਬਾਂਚੀਐ ਡਰੀਐ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ ਮਨੈ ਨਾ ਕੀਜੈ ਆਸ, ਰਮਈਆ ਗੁਣ ਗਾਈਐ ਜਾਂ ਤੇ ਪਾਈਐ ਪਰਮ ਨਿਧਾਨ। ਇਹ ਐਡਾ ਉੱਚਾ ਆਸ਼ਾ ਹੈ ਗੁਰਮਤਿ ਦਾ। ਹੁਣ ਜਿਹਨੂੰ ਸਵਰਗਾਂ ਦੀ ਚਾਹਤ ਨਹੀਂ, ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਜਿਹਨੂੰ ਮੁਕਤੀ ਦੀ ਵੀ ਲਾਲਸਾ ਕੋਈ ਨਹੀਂ, ਉਸ ਮਨੁੱਖ ਨੂੰ ਭਰਮਾਇਆ ਜਾ ਸਕਦਾ ਸੰਸਾਰ ਅੰਦਰ? ਕਿੰਨੀ ਉੱਚੀ ਸੁਰਤ ਹੈ। ਤੋ ਇਹ ਜਿਹੜੀਆਂ ਚੀਜ਼ਾਂ ਨੇ, ਜਿਸ ਵੇਲੇ ਉਹਦੇ ਲਾਲਚ ਦੇ ਵਿੱਚ ਸਿੱਖ ਨਹੀਂ ਝੁਕਦਾ ਅਤੇ ਉਹ ਜੋਗੀ ਹੱਥ ਜੋੜ ਕੇ ਕਹਿੰਦਾ ਮੈਂ ਤੇਰੇ ਗੁਰੂ ਦੇ ਦਰਸ਼ਨ ਕਰਨੇ ਚਾਹੁੰਦਾ, ਸਾਰਾ ਸੰਸਾਰ ਇਸ ਭਵਰ 'ਚ ਫਸਿਆ, ਕਮਾਲ ਹੈ ਤੂੰ ਨਹੀਂ ਫਸ ਪਾਇਆ। ਉਹਨੂੰ ਗੱਲ ਟੁੰਬਦੀ ਹੈ ਵੀ ਸਿੱਖ ਦਾ ਜਿਹੜਾ ਜੀਵਨ ਹੈ, ਜਿਸ ਸਿੱਖ ਨੇ ਜਿੱਥੋਂ ਇਹ ਜੀਵਨ ਜਾਚ ਲਈ ਹੈ, ਸੱਚਮੁੱਚ ਹੀ ਉਹ ਗੁਰੂ ਮਹਾਨ ਹੈ। ਗੁਰੂ ਦੀ ਮਾਨਤਾ ਸਿੱਖ ਦੇ ਜੀਵਨ ਰਾਹੀਂ ਪ੍ਰਗਟ ਹੋ ਗਈ। ਗੁਰੂ ਦਾ ਵੱਡਾਪਨ ਸਿੱਖ ਦੇ ਜੀਵਨ ਵਿੱਚੋਂ ਦਿਸ ਪਿਆ। ਜਿਵੇਂ ਫਸਲ ਤੋਂ ਜ਼ਮੀਨ ਦਾ ਅੰਦਾਜ਼ਾ ਲੱਗਣ ਦੀ ਗੱਲ ਮੈਂ ਪਹਿਲਾਂ ਬੇਨਤੀ ਕੀਤੀ ਹੈ, ਸਾਹਿਬ ਸਤਿਗੁਰੂ ਨੇ ਇਸੇ ਕਰਕੇ ਬਾਣੀ ਦੇ ਵਿੱਚ ਫਰਮਾਇਆ। ਦੋ ਸਲੋਕ ਮੈਂ ਆਪ ਜੀ ਦੇ ਸਨਮੁੱਖ ਰੱਖੇ ਨੇ, ਦੋਵਾਂ ਸਲੋਕਾਂ ਵਿੱਚ ਸਤਿਗੁਰੂ ਨੇ ਚੰਗਾ ਕਰਮ ਕਰਨ ਵਾਲੇ ਅਤੇ ਮੰਦਾ ਅਮਲ ਕਮਾਉਣ ਵਾਲੇ ਦੋਵਾਂ ਦੀ ਉਦਾਹਰਣ ਦਿੱਤੀ ਹੈ। ਅਤੇ ਸਤਿਗੁਰੂ ਨੇ ਆਖਿਆ ਸੰਸਾਰ ਸਭਨਾਂ ਲਈ ਇੱਕੋ ਜਿਹਾ, ਹਵਾ ਪਾਣੀ ਧਰਤੀ ਆਕਾਸ਼ ਸਭ ਕੁਝ ਕੁਦਰਤ ਦਾ ਇੱਕੋ ਜਿਹਾ, ਮਨੁੱਖੀ ਸਰੀਰਾਂ ਦੀ ਘਾੜਤ ਜਿਹੜੀ ਹੈ ਸੇਮ ਤੱਤਾਂ ਤੋਂ ਇੱਕੋ ਜਿਹੇ ਤੱਤਾਂ ਤੋਂ ਘੜੀ ਗਈ ਹੈ, ਸਾਰਿਆਂ ਦੀ ਘਾੜਤ ਇੱਕੋ ਜਿਹੀ, ਕੁਦਰਤ ਦੇ ਹੁਕਮ ਇੱਕੋ ਜਿਹੇ ਲਾਗੂ ਹੋਣਗੇ, ਜੰਮਣ ਅਤੇ ਮਰਨ ਤੋਂ ਨਾ ਨੇਕ ਬਚ ਸਕਦਾ ਹੈ ਨਾ ਬੁਰਾ ਬਚ ਸਕਦਾ। ਹੁਣ ਗੁਰੂ ਪਾਤਸ਼ਾਹ ਨੇ ਅਗਲਾ ਨੁਕਤਾ ਖਿਆਲ ਸਾਡੇ ਨਾਲ ਸਾਂਝਾ ਕੀਤਾ। ਪਹਿਲਾ ਸਲੋਕ ਹੈ ਕਬੀਰ ਮਾਇਆ ਡੋਲਨੀ ਪਵਨ ਝਕੋਲਨ ਹਾਰ, ਸੰਤੋ ਮਾਖਨ ਖਾਇਆ ਛਾਛ ਪੀਏ ਸੰਸਾਰ। 18 ਨੰਬਰ ਸਲੋਕ ਕਬੀਰ ਸਾਹਿਬ ਜੀ ਦਾ। ਜਿਵੇਂ ਆਪਣੇ ਘਰਾਂ ਵਿੱਚ ਅੱਜ ਕੱਲ੍ਹ ਆਧੁਨਿਕ ਸਾਧਨ ਆਉਣ ਦੇ ਨਾਲ ਸਭ ਕੁਝ ਬਦਲ ਗਿਆ। ਮਾਈਆਂ ਪਹਿਲਾਂ ਰਾਤ ਦੇ ਵੇਲੇ ਦੁੱਧ ਨੂੰ ਜਾਗ ਲਾਉਂਦੀਆਂ ਸਨ, ਸਵੇਰ ਤੱਕ ਉਹ ਦਹੀਂ ਬਣ ਜਾਣਾ, ਫਿਰ ਉਸਨੂੰ ਚਾਟੀ ਵਿੱਚ ਪਾ ਕੇ ਹੱਥ ਵਾਲੀ ਮਧਾਣੀ ਦੇ ਨਾਲ ਉਹਨੂੰ ਰਿੜਕਣਾ। ਗੁਰੂ ਨਾਨਕ ਸਾਹਿਬ ਨੇ ਉਹ ਉਦਾਹਰਨਾਂ ਵੀ ਬਾਣੀ ਵਿੱਚ ਦਿੱਤੀਆਂ ਨੇ, ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧੈ ਕਹੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾਵਰ ਨਿਰਾਫਲ ਕਾਮਾ ਏ ਮਨ ਈਟੀ ਹਾਥ ਕਰੋ ਫੁਨ ਨੇਤਰਾਓ, ਨੇਤਰਾ ਨੇਤਾ ਜਿਹਨੂੰ ਆਪਾਂ ਕਹਿੰਦੇ ਸਨ, ਨੇਤਰਾਓ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਐ ਇਨਬਿਦ ਅੰਮ੍ਰਿਤ ਪਾਵੋ, ਮਨ ਸੰਪਟ ਜਿਤ ਸਤ ਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ। ਗੁਰਬਾਣੀ ਦੀ ਸਭ ਤੋਂ ਵੱਡੀ ਮਹੱਤਤਾ ਇਹ ਹੈ, ਸਤਿਗੁਰੂ ਨੇ ਕੋਈ ਐਸੇ ਗੂੜ ਸ਼ਬਦ ਨਹੀਂ ਵਰਤੇ ਜਿਹੜੇ ਆਮ ਸਧਾਰਨ ਮਨੁੱਖ ਦੀ ਸਮਝ ਵਿੱਚ ਨਾ ਆਉਂਦੇ ਹੋਣ, ਲੋਕਾਂ ਦੀ ਜ਼ਿੰਦਗੀ ਦੇ ਆਮ ਵਿਹਾਰ ਦੇ ਸ਼ਬਦ ਵਰਤ। ਵੇਖੋ ਤਾਂ ਸਹੀ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ,
ਹੁਣ ਗੁਰੂ ਸਾਹਿਬ ਜੀ ਨੇ ਗੱਲ ਕਿੰਨੀ ਡੂੰਘੀ ਸਮਝਾਈ, ਪਰ ਸਧਾਰਨ ਸ਼ਬਦਾਂ ਵਿੱਚ, ਲੋਕ ਬੋਲੀ ਇਹਨੂੰ ਆਪਾਂ ਕਹਿੰਦੇ ਹਾਂ, ਲੋਕਾਂ ਦੀ ਬੋਲੀ ਵਿੱਚ ਸਤਿਗੁਰੂ ਨੇ ਉਹਨਾਂ ਨੂੰ ਉੱਚਾ ਗਿਆਨ ਦਿੱਤਾ, ਜੀਵਨ ਜਾਚ ਸਿਖਾਈ ਹੈ। ਨਹੀਂ ਤਾਂ ਇਹ ਹਾਲਾਤ ਸਨ ਵੀ ਭਾਰਤ ਵਿੱਚ ਇੱਕ ਬੋਲੀ ਐਸੀ ਸੀ, ਬੋਲੀਆਂ ਸਾਰੀਆਂ ਸਮਾਨ ਨੇ, ਆਪਣੇ ਆਪਣੇ ਸਮੇਂ 'ਤੇ ਵਿਕਸਿਤ ਹੁੰਦੀਆਂ ਨੇ। ਸੰਸਕ੍ਰਿਤ ਨੂੰ ਪੰਡਤਾਂ ਨੇ ਆਖਿਆ ਦੇਵਤਿਆਂ ਦੀ ਬੋਲੀ ਹੈ, ਦੇਵਤੇ ਜਿਹੜੀ ਭਾਸ਼ਾ 'ਚ ਗੱਲਬਾਤ ਕਰਦੇ ਨੇ ਉਹ ਇਹ ਹੈ। ਉਹਨਾਂ ਧਰਮ ਗ੍ਰੰਥ ਲਿਖੇ ਅਤੇ ਆਮ ਬੰਦਿਆਂ ਨੂੰ ਪੜ੍ਹਨ ਤੋਂ ਰੋਕ ਲਿਆ, ਵੀ ਕਹਿਣ ਲੱਗੇ ਤੁਸੀਂ ਨਹੀਂ ਪੜ੍ਹ ਸਕਦੇ ਕਿਉਂਕਿ ਤੁਹਾਡੀ ਬਰਾਦਰੀ ਉੱਚੀ ਨੇ। ਹੁਣ ਕੋਈ ਸ਼ੂਦਰ ਸੰਸਕ੍ਰਿਤ ਥੋੜ੍ਹਾ ਪੜ੍ਹ ਸਕਦਾ ਸੀ? ਉਹਨੂੰ ਪੜ੍ਹਨ ਦਾ ਅਧਿਕਾਰ, ਉਹਨੂੰ ਤਾਂ ਮੰਦਰ 'ਚ ਆਉਣ ਦਾ ਅਧਿਕਾਰ ਨਹੀਂ। ਮਨੂ ਰਿਸ਼ੀ ਦੀ ਸਿਮਰਤੀ ਵਿੱਚ ਲਿਖਿਆ, ਜੇ ਸ਼ੂਦਰ ਅਛੂਤ ਵੇਦ ਮੰਤਰ ਪੜ੍ਹਦਾ ਹੋਇਆ ਸੁਣਾਈ ਦੇ ਜਾਏ ਤਾਂ ਰਾਜੇ ਨੂੰ ਚਾਹੀਦਾ ਉਹਦੀ ਜ਼ਬਾਨ ਕੱਟਦਾ। ਇਹ ਉਹਦਾ ਅਧਿਕਾਰ ਹੀ ਨਹੀਂ, ਉਹ ਕਰ ਕਿਉਂ ਰਿਹਾ? ਇੰਨੀ ਪਵਿੱਤਰ ਬੋਲੀ ਅਛੂਤ ਕਿਵੇਂ ਪੜ੍ਹ ਸਕਦਾ? ਜੇ ਉਹ ਕੰਨਾਂ ਨਾਲ ਵੇਦ ਮੰਤਰ ਸੁਣਦਾ ਤਾਂ ਉਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦੇਣਾ ਚਾਹੀਦਾ, ਇਹ ਉਹਦਾ ਅਧਿਕਾਰ ਨਹੀਂ। ਉਹ ਵੇਦ ਮੰਤਰ ਸੁਣ ਲਈ ਨਹੀਂ ਆਇਆ, ਉਹਦਾ ਕੰਮ ਹੈ ਪਹਿਲੇ ਤਿੰਨਾਂ ਵਰਗਾਂ ਦੀ ਗੁਲਾਮੀ ਕਰਨੀ, ਬ੍ਰਾਹਮਣ ਦੀ, ਵੈਸ਼ ਦੀ ਅਤੇ ਖੱਤਰੀ ਦੀ। ਉਹ ਅਛੂਤ ਹੈ। ਤੁਸੀਂ ਜ਼ਰਾ ਗੌਰ ਕਰਕੇ ਵੇਖੋ, ਇਹ ਵੀ ਕਾਨੂੰਨ ਰਹੇ ਭਾਰਤ ਦੇ ਇਤਿਹਾਸ ਵਿੱਚ, ਇਹ ਸਿਮਰਤੀਆਂ ਗ੍ਰੰਥ ਲਿਖੇ ਗਏ ਔਰ ਅੱਜ ਵੀ ਮੌਜੂਦ ਨੇ, ਔਰ ਇਹਨਾਂ ਨੂੰ ਮੰਨਣ ਵਾਲੇ ਵੀ ਮੌਜੂਦ ਨੇ। ਜਿਹਨਾਂ ਸਮਿਆਂ ਵਿੱਚ ਬਾਬਾ ਕਬੀਰ ਸਾਹਿਬ ਨੇ ਗੱਲ ਕਹੀ, ਵੇਦ ਕੀ ਪੁੱਤਰੀ ਸਿਮਰਤ ਭਾਈ, ਸਾਂਕਲ ਜੇਵਰੀ ਲਹਿ ਆਈ, ਆਪਣਾ ਨਗਰ ਆਪ 'ਤੇ ਬੰਧਿਆ। ਜਦੋਂ ਇਹਨਾਂ ਸ਼ਬਦਾਂ ਨੂੰ ਆਪਾਂ ਸਾਹਮਣੇ ਰੱਖਦੇ ਹਾਂ, ਕਿੱਡੀਆਂ ਵੱਡੀਆਂ ਦਿਲ ਟੁੰਬਵੀਆਂ ਸੱਚਾਈਆਂ ਔਰ ਕਿੰਨੇ ਵਿਖੜੇ ਹਾਲਾਤਾਂ ਵਿੱਚ ਕਹਿ ਸੁਣਾਈਆਂ। ਇੱਕ ਖੱਡੀ ਚਲਾਉਣ ਵਾਲੇ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਬਾਬਾ ਕਬੀਰ ਸਾਹਿਬ ਕਿੰਨੇ ਉੱਚੇ ਸੁੱਚੇ ਮਰਦ ਸਨ, ਕਿੰਨੇ ਬਹਾਦਰ ਸਨ ਉਹ, ਜਿਨ੍ਹਾਂ ਨੇ ਇਸ ਫਿਲੋਸਫੀਕਲ ਟਕਰਾਅ ਨੂੰ ਵੇਖਿਆ ਵੀ ਕਿਵੇਂ ਪੀੜ੍ਹੀ ਦਰ ਪੀੜ੍ਹੀ ਲੋਕਾਂ ਦੇ ਦਿਮਾਗ ਵਿੱਚ ਜ਼ਹਿਰ ਪੈਦਾ ਕੀਤਾ ਜਾਂਦਾ, ਕਿਵੇਂ ਬੰਦੇ ਨੂੰ ਨੀਵਾਂ ਅਤੇ ਉੱਚਾ ਆਪੇ ਹੀ ਮਿੱਥ ਲਿਆ ਜਾਂਦਾ। ਕੌਣ ਕੌਣ ਬੋਲ ਸਕਦਾ, ਕੌਣ ਨਹੀਂ ਬੋਲ ਸਕਦਾ, ਕੌਣ ਰੱਬ ਨੂੰ ਮੰਨ ਸਕਦਾ, ਕੌਣ ਨਹੀਂ? ਜਦੋਂ ਭਗਤ ਸਾਹਿਬਾਨਾਂ ਦੀ ਰਸਨਾ ਤੋਂ ਇਹ ਸ਼ਬਦ ਨਿਕਲਿਆ ਨਾ, ਆਪਨ ਬਾਪੈ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ, ਲੋਕਾਂ ਦੇ ਰੌਂਗਟੇ ਖੜ੍ਹੇ ਹੋ ਗਏ ਹੋਣਗੇ। ਇਹਦਾ ਸਿੱਧਾ ਅਰਥ ਪਤਾ ਕੀ ਹੈ? ਰੱਬ ਕਿਸੇ ਦੇ ਬਾਪ ਦੀ ਜਗੀਰ ਨਹੀਂ, ਉਹ ਤਾਂ ਭਾਵਨਾ ਦਾ ਹੈ। ਆਪਨ ਬਾਪੈ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ। ਕਿਹਨੂੰ ਸੁਣਾਈਆਂ ਇਹ ਗੱਲਾਂ? ਜਿਹੜੇ ਕੰਡੀਸ਼ਨਲ ਆਉਂਦੇ ਸਨ, ਤੂੰ ਆਹ ਨਹੀਂ ਕਰ ਸਕਦਾ, ਤੂੰ ਆਹ ਨਹੀਂ ਕਰ, ਹੱਦ ਹੋ ਗਈ। ਗੁਰੂ ਨਾਨਕ ਨੇ ਇਹੀ ਤਾਂ ਓਬਜੈਕਸ਼ਨ ਕੀਤਾ ਸੀ ਪੰਡਿਤ ਨੂੰ, ਜਿਹੜਾ ਜਨੇਊ ਮੇਰੀ ਭੈਣ ਨਹੀਂ ਪਾ ਸਕਦੀ, ਮੇਰੀ ਬੇਬੇ ਕਹਿੰਦੇ ਸਨ ਵੱਡੀ ਭੈਣ ਨੂੰ, ਮੇਰੀ ਬੇਬੇ ਨਹੀਂ ਪਾ ਸਕਦੀ, ਮੇਰੇ ਨਾਲ ਮੇਰੇ ਪਿੰਡ ਦੇ ਮੇਰੇ ਮਿੱਤਰ ਨਹੀਂ ਪਾ ਸਕਦੇ, ਇਸ ਕਰਕੇ ਵੀ ਉਹ ਛੂਤ ਨੇ, ਮੈਂ ਉਹ ਜਨੇਊ ਕਿਉਂ ਪਹਿਨਾਂ? ਜਿਸ ਜਨੇਊ ਨੂੰ ਪਹਿਨਣ ਦਾ ਅਧਿਕਾਰ ਮੇਰੀ ਬੇਬੇ ਨੂੰ ਨਹੀਂ, ਮੇਰੇ ਮਿੱਤਰਾਂ ਨੂੰ ਨਹੀਂ, ਬੇਲੀਆਂ ਨੂੰ ਨਹੀਂ, ਉਹ ਮੈਂ ਕਿਉਂ ਪਹਿਨਾਂ? ਸਭ ਤੋਂ ਪਹਿਲਾਂ ਗੁਰੂ ਨਾਨਕ ਨੂੰ ਇਹੀ ਲੱਗਿਆ, ਇਸ ਧਾਗੇ ਨੇ ਮੈਨੂੰ ਮੇਰਿਆਂ ਨਾਲੋਂ ਤੋੜ ਦੇਣਾ, ਇਹ ਜਿਹੜਾ ਫਰਕ ਪੈਦਾ ਕਰ ਦੇਣਾ। ਉਹ ਧਰਮ ਹੀ ਕਿਵੇਂ ਹੋ ਸਕਦਾ ਜਿਹੜਾ ਤੁਹਾਡੇ ਲਈ ਹੋਰ ਹੋਵੇ ਅਤੇ ਮੇਰੇ ਲਈ ਹੋਰ ਹੋਵੇ? ਜਿਹੜਾ ਧਰਮ ਦੋ ਮਨੁੱਖਾਂ ਨੂੰ ਇਕੱਠਿਆਂ ਨਹੀਂ ਬੈਠਣ ਦੇ ਸਕਦਾ, ਉਹ ਧਰਮ ਸੰਸਾਰ ਨੂੰ, ਸਮਾਜ ਨੂੰ ਜੋੜੇਗਾ ਅਤੇ ਚਲਾਏਗਾ ਕਿਵੇਂ? ਭਾਈ ਗੁਰਦਾਸ ਜੀ ਨੇ ਕਿੱਡੇ ਵੱਡੇ ਮੀਲ ਪੱਥਰ ਗੱਡੇ ਨੇ ਗੱਲਾਂ ਲਿਖ ਕੇ, ਵੀ ਗੁਰੂ ਨਾਨਕ ਦੇ ਦਰ ਉੱਤੇ ਰਾਣਾ ਅਤੇ ਰੰਕ ਬਰਾਬਰ ਹੋ ਜਾਂਦੇ ਨੇ, ਰਾਣਾ ਰੰਕ ਬਰਾਬਰ ਹੀ ਪੈਰੀ ਪਵਣਾ ਜਗ ਵਰਤਾ ਹੈ। ਜਦੋਂ ਭਾਈ ਗੁਰਦਾਸ ਇਹ ਲਿਖਦੇ ਨੇ, ਚਾਰ ਵਰਣ ਇੱਕ ਵਰਣ ਕਰਾਇਆ, ਤਾਂ ਇਹ ਸਭ ਤੋਂ ਵੱਡੀ ਗੱਲ ਲਿਖ ਦਿੰਦੇ ਨੇ ਉਹ ਆਪਣੇ ਸਮੇਂ ਦੇ ਵਿੱਚ, ਵੀ ਗੁਰੂ ਨਾਨਕ ਸਾਹਿਬ ਦੀ ਸੋਭਤ ਵਿੱਚ ਵਰਣ ਦਾ ਸਿਸਟਮ ਹੀ ਮਿਟ ਜਾਂਦਾ।
ਬ੍ਰਾਹਮਣ ਕੌਣ ਹੈ, ਖੱਤਰੀ ਕੌਣ ਹੈ, ਸ਼ੂਦਰ ਕੌਣ ਹੈ, ਵੈਸ਼ ਕੌਣ ਹੈ, ਇਹ ਸਵਾਲ ਹੀ ਨਹੀਂ ਰਹਿ ਜਾਂਦਾ। ਇੱਥੇ ਕੇਵਲ ਮਨੁੱਖ ਨੂੰ ਮਨੁੱਖ ਕਰਕੇ ਜਾਣਿਆ ਜਾਂਦਾ ਹੈ, ਉਹਦੇ ਬ੍ਰਾਹਮਣ ਹੋਣ ਕਰਕੇ ਨਹੀਂ, ਉਹਦੇ ਖੱਤਰੀ ਵੈਸ਼ ਹੋਣ ਕਰਕੇ ਨਹੀਂ। ਪਰ ਗੁਰੂ ਕੇ ਪਿਆਰ ਵਾਲਿਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੇ ਇਸ ਸੋਚ ਨੂੰ ਸਿੱਖਾਂ ਨੇ 50% ਵੀ ਇੰਪਲੀਮੈਂਟ ਕੀਤਾ ਹੁੰਦਾ, ਜ਼ਰਾ ਸੋਚ ਕੇ ਵੇਖੋ, ਸਾਡੇ ਦਾਇਰੇ ਇੰਨੇ ਘਟਣੇ ਨਹੀਂ ਸਨ, ਵੱਧ ਜਾਣੇ ਸਨ। ਪਰ ਸਾਡੇ 'ਤੇ ਕੜਾਹ ਖਾਣ 'ਤੇ ਵੀ ਕੰਡੀਸ਼ਨਾਂ ਨੇ, ਅਤੇ ਮੱਥੇ ਟੇਕਣ 'ਤੇ ਵੀ ਕੰਡੀਸ਼ਨਾਂ ਨੇ, ਗੁਰੂ ਦੇ ਰੁਮਾਲੇ 'ਤੇ ਚੌਰ ਨੂੰ ਹੱਥ ਲਾਉਣ 'ਤੇ ਵੀ ਕੰਡੀਸ਼ਨਾਂ ਨੇ, ਬਾਣੀ ਪੜ੍ਹਨ ਦੇ ਉੱਤੇ ਵੀ ਕੰਡੀਸ਼ਨਾਂ ਨੇ, ਅਸੀਂ ਵੱਧ ਕਿਵੇਂ ਸਕਦੇ ਸਾਂ? ਸਾਡੇ 'ਚ ਧੱਕੇ ਮਾਰਨ ਵਾਲਿਆਂ ਦੀ ਗਿਣਤੀ ਵੱਧ ਹੈ, ਅਤੇ ਬਾਹੋਂ ਫੜ ਕੇ ਨੇੜੇ ਲਿਆਉਣ ਵਾਲਿਆਂ ਦੀ ਗਿਣਤੀ ਹੈ ਨਹੀਂ, ਅਤੇ ਜਿਹੜਾ ਇਸ ਤਰ੍ਹਾਂ ਕਰੇ ਉਹ ਤਾਂ ਕਾਫਰ ਹੀ ਕਾਫਰ ਹੈ। ਜ਼ਰਾ ਸੋਚ ਕੇ ਵੇਖਣਾ, ਗੁਰੂ ਨਾਨਕ ਮਹਾਰਾਜ ਦੇ ਸਫਰਾਂ ਦਾ ਸਾਥੀ ਭਾਈ ਮਰਦਾਨਾ ਬਣਿਆ ਸੀ, ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਭਾਈ, ਜਿਹਨੂੰ ਹਜ਼ੂਰ ਨੇ ਭਾਈ ਕਹਿ ਕੇ ਸੱਦਿਆ। ਇਹ ਚੀਜ਼ਾਂ, ਇਹ ਮੋਰਲ ਵੈਲਿਊਜ਼ ਨੇ ਸਾਡੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਮਤ ਦੀਆਂ, ਇਹ ਪਿੱਲਰ ਨੇ। ਜਿੰਨਾ ਚਿਰ ਅਸੀਂ ਇਹਨਾਂ ਦੀ ਤਾਕਤ ਨੂੰ ਨਹੀਂ ਪਛਾਣਾਂਗੇ, ਉਨਾ ਚਿਰ ਅਸੀਂ ਅੱਗੇ ਨਹੀਂ ਵੱਧ ਸਕਦੇ। ਸਾਡੇ ਦਾਇਰੇ ਘਟਦੇ ਘਟਦੇ ਘਾਟ ਹੀ ਜਾਣਗੇ, ਵਧਣਗੇ ਨਹੀਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿੱਡੀ ਉਜਲੀ ਸੋਚ ਸੀ ਵੀ ਇੱਥੇ ਨਾ ਵਰਣ ਦਾ ਭੇਦ ਹੈ, ਨਾ ਮਜ਼ਹਬ ਦਾ ਭੇਦ ਹੈ, ਨਾ ਜ਼ਾਤ ਦਾ ਭੇਦ ਹੈ। ਸਹਿਬ ਸਤਿਗੁਰੂ ਪਾਤਸ਼ਾਹ ਨੇ ਮਨੁੱਖ ਨੂੰ ਮਨੁੱਖ ਦੇ ਨੇੜੇ ਕਰ ਦਿੱਤਾ, ਰੱਖਿਆ, ਬੰਦਿਆ ਬੰਦੇ ਨਾਲ ਚੰਗਾ ਵਰਤੇਗਾ ਤਾਂ ਤੂੰ ਧਰਮੀ ਹੈ, ਨਹੀਂ ਤਾਂ ਤੂੰ ਧਰਮੀ ਨਹੀਂ ਹੋ ਸਕਦਾ। ਭਾਵੇਂ ਗੁਫਾਵਾਂ 'ਚ ਬਹਿ ਕੇ ਮੰਤਰ ਪੜ੍ਹ ਲਈ, ਭਾਵੇਂ ਇੱਕ ਦੀਆਂ ਛੱਡ ਕੇ 10 ਮਾਲਾ ਪਹਿਨ ਲਈ, ਭਾਵੇਂ ਤੂੰ ਲੰਮੀਆਂ ਲੰਮੀਆਂ ਸਮਾਧੀਆਂ ਲਾਈ, ਅਤੇ ਭਾਵੇਂ ਜਟਾਵਾਂ ਵਧਾ ਕੇ ਤੀਰਥਾਂ 'ਤੇ ਭਟਕਦਾ ਕਿ ਨਹੀਂ, ਤੂੰ ਧਰਮੀ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ 'ਚ ਇਹਨਾਂ ਕਰਮਾਂ ਨੂੰ ਕਿਤੇ ਧਰਮ ਨਹੀਂ ਲਿਖਿਆ। ਹਜ਼ੂਰ ਨੇ ਧਰਮ ਦੀ ਪਰਿਭਾਸ਼ਾ ਅਮਲ ਵਿੱਚੋਂ ਵੇਖੀ, ਨਹੀਂ ਤਾਂ ਗੁਰੂ ਸਾਹਿਬ ਕਹਿ ਸਕਦੇ ਸਨ ਵੀ ਨਹੀਂ ਵੇਦ ਪੜ੍ਹਨ ਵਾਲਾ ਧਰਮੀ ਹੈ, ਜਾਂ ਉੱਥੇ ਹੀ ਬਹਿ ਕੇ ਕਹਿ ਦਿੰਦੇ ਕੁਰਾਨ ਪੜ੍ਹਨ ਵਾਲਾ ਧਰਮੀ ਹੈ। ਉਹਨਾਂ ਨਾ ਵੋਟ ਵੇਦ ਪੜ੍ਹਨ ਵਾਲੇ ਦੇ ਹੱਕ 'ਚ ਦਿੱਤੀ ਅਤੇ ਨਾ ਕੁਰਾਨ ਪੜ੍ਹਨ ਆਖਿਆ, ਜਿਹਦਾ ਅਮਲ ਉੱਚਾ ਉਹ ਧਰਮੀ ਹੈ। ਅਮਲ ਤੋਂ ਬਿਨਾਂ ਦੋਵੇਂ ਹੀ ਰੋਣਗੇ। ਤੋ ਇਹ ਜਿਹੜੀ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿੱਡੀ ਉਜਲੀ ਸੋਚ ਹੈ, ਜਿਹੜੀ ਅਸੀਂ ਇਤਿਹਾਸ ਦੇ ਪੰਨਿਆਂ ਤੋਂ, ਆਪਣੇ ਪੁਰਾਣੇ ਲਿਖਾਰੀਆਂ ਦੀਆਂ ਕਲਮਾਂ ਤੋਂ ਪੜ੍ਹਦੇ ਹਾਂ। ਤੋ ਸਧਾਰਨ ਬੋਲੀ 'ਚ ਮੈਂ ਜ਼ਿਕਰ ਕਰ ਰਿਹਾ ਸਾਂ ਵੀ ਗੁਰੂ ਨੇ ਗਿਆਨ ਜਿਹੜਾ ਦਿੱਤਾ, ਬੜੀ ਸਧਾਰਨ ਲੋਕਾਂ ਦੀ ਭਾਸ਼ਾ, ਜਾਤ ਪਹਾਰਾ ਧੀਰਜ ਸੁਨਿਆਰ ਆਹਰਣ ਮਾਤ ਵੇਦ ਹਥਿਆਰ ਭਉ ਖਲਾ ਭਉ ਖਲਾ। ਕਿਹਨੂੰ ਨਹੀਂ ਸੀ ਪਤਾ ਵੀ ਖਲਾ ਕੀ ਹੁੰਦਾ? ਪਿੰਡਾਂ 'ਚ ਰਹਿਣ ਵਾਲੇ ਸਾਰੇ ਜਾਣਦੇ ਸਨ। ਲੋਹੇ ਦਾ ਕੰਮ ਕਰਨ ਵਾਲੇ ਲੁਹਾਰ ਸੱਜਣ ਦੀ ਦੁਕਾਨ 'ਤੇ ਵੀ ਖਲਾ ਪਿਆ ਹੁੰਦਾ ਸੀ, ਅਤੇ ਭੱਠੀ ਮੰਗਵਾਉਣ ਵਾਸਤੇ ਸੋਨੇ ਦਾ ਕੰਮ ਕਰਨ ਵਾਲੇ ਸੱਜਣ ਦੇ ਕਾਰੀਗਰ ਦੀ ਦੁਕਾਨ 'ਤੇ ਵੀ ਪਿਆ ਹੁੰਦਾ। ਸਾਰੀਆਂ ਸਧਾਰਨ ਚੀਜ਼ਾਂ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ, ਕਿੱਡੀ ਅਜੀਬ ਗੱਲ ਹੈ ਨਾ, ਗੁਰਦੁਆਰੇ ਕੱਚੇ ਸਨ ਔਰ ਇੱਕ ਅੱਧਾ ਹੀ ਹੁੰਦਾ ਸੀ, ਕਿਸੇ ਲੁਹਾਰ ਦਾ ਗੁਰਦੁਆਰਾ ਨਹੀਂ ਸੀ, ਕਿਸੇ ਤਰਖਾਣ ਦਾ ਗੁਰਦੁਆਰਾ ਨਹੀਂ ਸੀ, ਕਿਸੇ ਜ਼ਿਮੀਂਦਾਰ ਦਾ ਗੁਰਦੁਆਰਾ ਨਹੀਂ ਸੀ। ਸਾਨੂੰ ਇੱਟਾਂ ਕੀ ਪੱਕੀਆਂ ਮਿਲ ਗਈਆਂ, ਅਸੀਂ ਤਾਂ ਇੱਟਾਂ ਦੇ ਉੱਤੇ ਠੱਪੇ ਲਾ ਲਏ ਵੀ ਇਹ ਲੁਹਾਰ ਦੀ ਇੱਟ ਹੈ, ਇਹ ਤਰਖਾਣ ਦੀ ਇੱਟ ਹੈ, ਇਹ ਜੱਟ ਦੀ ਇੱਟ ਹੈ, ਭਾਪੇ ਦੀ ਇੱਟ ਹੈ। ਅਤੇ ਉਹਨਾਂ ਇੱਟਾਂ ਨੂੰ ਅਸੀਂ ਜੋੜ ਜੋੜ ਕੇ ਜੋੜ ਜੋੜ ਕੇ ਕਿਹਦਾ ਗੁਰਦੁਆਰਾ ਬਣਾਇਆ? ਗੁਰੂ ਦਾ ਨਹੀਂ, ਜੱਟ ਦਾ ਬਣਾਇਆ। ਗੁਰਦੁਆਰਾ ਅਸੀਂ ਭਾਪੇ ਦਾ ਬਣਾਇਆ, ਗੁਰਦੁਆਰਾ ਅਸੀਂ ਤਰਖਾਣ ਦਾ ਅਤੇ ਲੁਹਾਰ ਦਾ ਬਣਾਇਆ। ਉਸ ਦਿਨ ਹੀ ਸਾਡੀਆਂ ਜੜ੍ਹਾਂ ਟੁੱਟ ਗਈਆਂ ਸਨ, ਆਪਣੇ ਮੂਲ ਨਾਲੋਂ ਅਸੀਂ ਦੂਰ ਹੋ ਗਏ ਸਾਂ, ਜਿਸ ਦਿਨ ਪੱਕੀਆਂ ਇੱਟਾਂ ਦੇ ਉੱਤੇ ਅਸੀਂ ਆਪਣੀਆਂ ਬਰਾਦਰੀਆਂ ਦੇ ਠੱਪੇ ਜੜੇ ਸਨ।
ਉਸ ਦਿਨ ਅਸੀਂ ਗੁਰੂ ਨਾਨਕ ਦੀ ਸਿੱਖੀ ਦੀ ਸਾਹ ਰਗ 'ਤੇ ਵਾਰ ਕੀਤਾ ਸੀ, ਸੱਚਾਈ ਇਹ ਹੈ। ਜ਼ਰਾ ਸੋਚ ਕੇ ਵੇਖੋ, ਇਹ ਜਿੰਨਾ ਚਿਰ ਅਸੀਂ ਆਪਣੀਆਂ ਜੜ੍ਹਾਂ ਵੱਲ ਨਹੀਂ ਨਾ ਪਰਤਾਂਗੇ ਉਹਨਾਂ ਚਿਰ ਗੱਲ ਬਣੇਗੀ ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਇਹੀ ਸੋਚ ਉਹਨਾਂ ਨੂੰ ਫੈਲਾ ਦਿੰਦੀ ਹੈ ਚਾਰ ਸਵੇਰੇ। ਤੁਸੀਂ ਵੇਖੋ ਤਿੱਬਤ ਵਿੱਚ ਗੁਰੂ ਨਾਨਕ ਨੂੰ ਲਾਮਾ ਕਰਕੇ ਯਾਦ ਕੀਤਾ ਜਾਂਦਾ, ਭੂਟਾਨ ਵਿੱਚ ਨਾਨਕ ਰਿੰਪੂਚੀ ਕਰਕੇ ਯਾਦ ਕੀਤਾ ਜਾਂਦਾ, ਕਿਸੇ ਨੇ ਨਾਨਕ ਸ਼ਾਹ ਫਕੀਰ, ਕਿਸੇ ਨੇ ਨਾਨਕ ਤਪਾ, ਕਿਸੇ ਨੇ ਨਾਨਕ ਦੇਵ। ਸਿੱਖ ਦੇ ਤਾਂ ਉਹ ਸਾਹਿਬ ਹੀ ਸਨ, ਮਾਲਕ ਹੀ ਸਨ, ਸਿੱਖ ਨੇ ਤਾਂ ਨਾਨਕ ਸਾਹਿਬ ਹੀ ਆਖਣਾ ਸੀ। ਕਿਸੇ ਨੇ ਪੀਰ ਏ ਹਿੰਦ ਕਿਹਾ, ਵਾਲੀ ਏ ਹਿੰਦ ਕਿਹਾ, ਕਿਹੜਾ ਲਫਜ਼ ਸੀ ਜਿਹੜਾ ਗੁਰੂ ਨਾਨਕ ਨਾਮ ਦੇ ਨਾਲ ਜੁੜਿਆ ਨਹੀਂ। ਮੈਂ ਕਈ ਵਾਰ ਜ਼ਿਕਰ ਕੀਤਾ ਹੈ, ਇਤਿਹਾਸਕ ਤੌਰ ਉੱਤੇ ਨਾ ਹਜ਼ਰਤ ਮੁਹੰਮਦ ਸਾਹਿਬ ਦੇ ਉੱਤੇ ਰਮਾਇਣ ਪੜ੍ਹਨ ਵਾਲੇ ਹਿੰਦੂ ਨੇ ਇੰਨਾ ਯਕੀਨ ਨਹੀਂ ਕੀਤਾ, ਉਹਦੇ ਲਈ ਰਾਮ ਹੀ ਨਾਇਕ ਰਿਹਾ। ਕੁਰਾਨ ਪੜ੍ਹਨ ਵਾਲੇ ਨੇ ਰਮਾਇਣ ਦੇ ਨਾਇਕ ਰਾਮ ਦੇ ਉੱਤੇ ਉਹੋ ਜਿਹਾ ਯਕੀਨ, ਉਹੋ ਜਿਹੀ ਮੁਹੱਬਤ ਦਾ ਪ੍ਰਗਟਾਵਾ ਨਹੀਂ ਕੀਤਾ ਕਿਸੇ ਵੀ ਭਾਰਤੀ ਅਵਤਾਰ ਦੇ ਉੱਤੇ। ਪਰ ਜ਼ਰਾ ਗੁਰੂ ਨਾਨਕ ਦੀ ਛਵੀ ਵੇਖੋ, ਔਰ ਭਾਈ ਗੁਰਦਾਸ ਜੀ ਦੀ ਲਿਖਤ ਵਿੱਚੋਂ ਵੇਖੋ। ਉਹ ਕਹਿੰਦੇ ਨੇ, ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ ਮੱਕਾ ਕਾਬਾ, ਘਰ ਘਰ ਬਾਬਾ ਗਾਵੀਏ ਵਜਨ ਤਾਲ ਮਿਰਦਾਂਗਰ ਬਾਬਾ। ਇਹ ਗੁਰੂ ਨਾਨਕ ਸਾਹਿਬ ਜੀ ਦੀ ਅਜ਼ਮਤ, ਹਰਮਨ ਪਿਆਰਤਾ, ਉਹਨਾਂ ਦੀ ਸਾਂਝੀ ਵਾਲਤਾ ਔਰ ਉਹਨਾਂ ਦੇ ਉੱਚੇ ਜੀਵਨ ਦੀਆਂ ਉਹਨਾਂ ਦੀਆਂ ਅਖਲਾਕੀ ਕਦਰਾਂ ਕੀਮਤਾਂ ਦੀ ਉਚਾਈ ਹੈ ਵੀ ਜਿਹੜਾ ਹਿੰਦੂ ਗੁਰੂ ਨਾਨਕ ਦੇ ਨੇੜੇ ਆਇਆ ਉਹਨੂੰ ਲੱਗਿਆ ਅਸਲ ਗੰਗਾ ਅਤੇ ਬਨਾਰਸ ਗੁਰੂ ਨਾਨਕ ਹੀ ਹੈ। ਜਿਸ ਵੀ ਮੁਸਲਮਾਨ ਸੱਜਣ ਨੇ ਗੁਰੂ ਨਾਨਕ ਦੀ ਸੋਭਤ ਮਾਣੀ, ਉਹਨੇ ਆਖਿਆ ਗੁਰੂ ਨਾਨਕ ਮੇਰੇ ਲਈ ਮੱਕਾ ਹੈ, ਮੇਰੇ ਲਈ ਕਾਬਾ ਹੈ, ਮੇਰਾ ਪੈਗੰਬਰ ਹੈ। ਉਹਦੇ ਅੰਦਰ ਮੁਹੱਬਤ ਪੈਦਾ ਹੋਈ ਗੁਰੂ ਨਾਨਕ ਸਾਹਿਬ ਦੇ ਪ੍ਰਤੀ। ਬਾਬਾ ਕਬੀਰ ਸਾਹਿਬ ਨੇ ਸੰਸਾਰ ਦੀ ਇੱਕ ਬੜੀ ਅਟਲ ਸੱਚਾਈ ਸਾਡੇ ਰੂਬਰੂ ਕੀਤੀ ਹੈ। ਉਹ ਕੀ ਹੈ? ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਨਾ, ਇਹਨੂੰ ਸਮਝੋ ਵੀ ਇਹ ਉਹ ਭਾਂਡਾ, ਉਹ ਚਾਟੀ ਹੈ ਜਿਹਦੇ ਵਿੱਚ ਸਵਾਣੀਆਂ ਦਹੀਂ ਪਾ ਕੇ ਅਤੇ ਉਹਨੂੰ ਰਿੜਕਦੀਆਂ ਸਨ। ਅਤੇ ਜਿਹੜੇ ਸਾਡੇ ਸਾਹ ਨੇ ਨਾ, ਆਪਾਂ ਜਿਹੜੇ ਸਾਹ ਲੈ ਰਹੇ ਹਾਂ ਸਾਰੇ ਜਾਣੇ, ਸਾਡੇ ਜਿਹੜੇ ਸਵਾਸ ਨੇ ਉਹ ਮਧਾਣੀ ਨੇ। ਹੁਣ ਕਹਿਣ ਲੱਗੇ ਵੀ ਇਹਨਾਂ ਸਵਾਸਾਂ ਦੀ ਮਧਾਣੀ ਪਾ ਕੇ ਜਦੋਂ ਅਸੀਂ ਸੰਸਾਰ ਨੂੰ ਰਿੜਕਦੇ ਹਾਂ, ਯਾਨੀ ਕਿ ਸੰਸਾਰ 'ਚ ਸਾਹ ਖਰਚ ਕਰ ਰਹੇ ਹਾਂ ਨਾ, ਤਾਂ ਹੀ ਜੀਵਨ ਜੀ ਰਹੇ ਹਾਂ। ਹੁਣ ਇਹਨੂੰ ਰਿੜਕਣ ਤੋਂ ਬਾਅਦ ਮੱਖਣ ਨਿਕਲਦਾ ਸੀ ਅਤੇ ਫਿਰ ਲੱਸੀ ਅੱਡ ਕਰ ਲਈ ਜਾਂਦੀ ਸੀ। ਹੁਣ ਮੱਖਣ ਕੋਈ ਖਾ ਜਾਏ ਅਤੇ ਲੱਸੀ ਕਿਸੇ ਨੂੰ ਮਿਲੇ? ਕਹਿਣ ਲੱਗੇ ਜਗਤ ਵਿੱਚ ਵੀ ਐਵੇਂ ਵਾਪਰ ਰਿਹਾ। ਸਲੋਕ ਨੂੰ ਧਿਆਨ ਨਾਲ ਦਰਸ਼ਨ ਕਰੋ, ਬਾਬਾ ਕਬੀਰ ਸਾਹਿਬ ਲਿਖਦੇ ਨੇ, ਕਬੀਰ ਮਾਇਆ ਡੋਲਨੀ ਪਵਨ, ਪਵਨ ਮਤਲਬ ਸਾਹ ਜਿਹੜੇ ਨੇ ਝਕੋਲਣ ਹਾਰ, ਇਹਨੂੰ ਝਕੋਲਾ ਦੇਣ ਵਾਲੀ ਮਧਾਣੀ ਹੈ। ਸੰਤੋ ਮੱਖਣ ਖਾਇਆ, ਸੰਤੋ ਕੌਣ ਹੈ? ਉੱਚੇ ਕਰੈਕਟਰ ਵਾਲਾ, ਉੱਚੀ ਸੁਰਤ ਵਾਲਾ, ਨੇਕ ਆਚਰਣ, ਜਿਹੜਾ ਆਚਰਣ ਨੇਕ ਜਿਹਨੇ ਕਮਾਇਆ ਨਾ ਸਾਹ ਖਰਚ ਕਰਕੇ, ਸਮਝੋ ਉਹਨੇ ਮੱਖਣ ਕੱਢ ਲਿਆ। ਉਹਨੇ ਸਾਹਾਂ ਦੀ ਮਧਾਣੀ ਚਲਾ ਕੇ ਸੰਸਾਰ ਦੇ ਭਾਂਡੇ 'ਚੋਂ ਮੱਖਣ ਕੱਢ ਲਿਆ। ਉਹਨੂੰ ਰੱਬ ਨੇ ਵਕਤ ਦਿੱਤਾ ਜੀਵਨ ਦਾ ਵੀ ਤੇਰੀ ਦੇਈ ਦੁਰਲੱਭ ਹੈ, ਤੇਰਾ ਜੀਵਨ ਕੀਮਤੀ, ਅਤੇ ਉਹਨੇ ਸੱਚਮੁੱਚ ਉਹਨੂੰ ਕੀਮਤੀ ਸਮਝ ਕੇ ਆਪਣੇ ਸਾਹਾਂ ਦੀ ਮਧਾਣੀ ਦੇ ਨਾਲ ਸਹਿਜ ਮਾਣਿਆ, ਸੁੱਖ ਮਾਣਿਆ, ਆਨੰਦ ਵਿੱਚ ਜੀਵਿਆ। ਉਹ ਸਦਕੇ ਗਿਆ ਰੱਬ ਦੀ ਕੁਦਰਤ ਤੋਂ, ਉਹਨੇ ਪ੍ਰੇਮ ਪੂਰਵਕ ਆਪਣਾ ਸਫ਼ਰ ਆਨੰਦ ਨਾਲ ਤੈਅ ਕੀਤਾ, ਸਮਝੋ ਉਹਨੇ ਮੱਖਣ ਖਾ ਲਿਆ। ਅਤੇ ਬਾਕੀ ਸੰਸਾਰ ਉਹਦੇ ਹਿੱਸੇ ਲੱਸੀ ਆਈ, ਛਾਛ ਪੀਏ
ਸੰਸਾਰ। ਅਸੀਂ ਕੀ ਕਰ ਰਹੇ ਹਾਂ? ਦੁਰਲੱਭ ਦੇਹੀ ਹੈ, ਦੁਰਲੱਭ ਜੀਵਨ ਹੈ। ਅਸੀਂ ਨਫ਼ਰਤਾਂ ਇਕੱਠੀਆਂ ਕਰਦੇ ਹਾਂ, ਵੈਰ ਇਕੱਠੇ ਕਰਦੇ ਹਾਂ, ਸਾਰੀ ਉਮਰ ਇੱਕ ਦੂਜੇ ਦੇ ਗਲੇ ਰੇਤਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਾਂ, ਲੁੱਟਾਂ ਖੋਹਾਂ ਬਦਖੋਈਆਂ ਨਿੰਦਿਆ ਚੁਗਲੀ ਅਤੇ ਆਪਸ 'ਚ ਪਾਟੋ ਤਾੜ। ਅਸੀਂ ਕੀ ਕੱਢਿਆ ਸੰਸਾਰ 'ਚੋਂ? ਸਾਡੇ ਹਿੱਸੇ ਤਾਂ ਲੱਸੀ ਆਈ ਨਾ। ਅਸਲ ਮੱਖਣ ਤਾਂ ਰੱਬ ਦੇ ਬੰਦੇ ਨੇ ਛਕਿਆ। ਧੰਨ ਗੁਰੂ ਨਾਨਕ ਸਾਹਿਬ ਦੀਆਂ ਤਿੰਨ ਪੌੜੀਆਂ ਨੇ ਜਪਜੀ ਸਾਹਿਬ ਦੀ ਪਾਵਨ ਬਾਣੀ 'ਚ। ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪ ਤਾਓ। ਇੱਕ ਇਹ ਹੈ, ਇਸ ਤੋਂ ਅਗਲੀ ਹੈ, ਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜ਼ੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਏ। ਇਹ ਹੈ। ਤੀਜੀ ਹੈ, ਅਸੰਖ ਨਾਮ ਅਸੰਖ ਥਾਮ, ਅਗਮ ਅਗਮ ਅਸੰਖ ਲੋ, ਅਸੰਖ ਕਹੇ ਸਿਰ ਪਾਰ ਹੋਏ। ਇਹ ਹੈ ਤਿੰਨ ਪੌੜੀਆਂ। ਹੁਣ ਜ਼ਰਾ ਤਿੰਨਾਂ ਪੌੜੀਆਂ ਨੂੰ, ਕਿਉਂਕਿ ਜਿਹੜਾ ਜਪਜੀ ਸਾਹਿਬ ਦੀ ਪਾਵਨ ਬਾਣੀ ਬੜੀ ਸਮਝਣ ਗੋਚਰੀ ਹੈ, ਫਿਲੋਸਫੀਕਲ ਬਾਣੀ ਹੈ। ਪਹਿਲੀ ਜਿਹੜੀ ਅਸੰਖ ਵਾਲੀ ਪੌੜੀ ਹੈ, ਉਸ ਪੌੜੀ ਵਿੱਚ ਗੁਰੂ ਸਾਹਿਬ ਨੇ ਜਿਹੜੇ ਕੋਈ ਧਰਮ ਕਰਮ ਕਰਨ ਵਾਲੇ, ਚੰਗੇ ਕੰਮ ਦੀ ਕੋਈ ਪ੍ਰੈਕਟਿਸ ਕਰਨ ਵਾਲਾ ਹੈ, ਉਹਦਾ ਜ਼ਿਕਰ ਕੀਤਾ। ਦੂਜੀ ਜਿਹੜੀ ਪੌੜੀ, ਉਹਦੇ ਵਿੱਚ ਮਾੜੇ ਅਮਲ ਕਰਨ ਵਾਲੇ, ਚੋਰੀ ਕਰਦਾ, ਨਿੰਦਾ ਕਰਦਾ, ਗਲੇ ਵੱਢਦਾ, ਝੂਠ ਬੋਲਦਾ, ਮੰਦੇ ਕਰਮ ਜਿਹਨੂੰ ਆਪਾਂ ਕਹਿੰਦੇ ਜੁਰਮ ਕਰਨ ਵਾਲੇ, ਗੁਨਾਹ ਕਰਨ ਵਾਲੇ, ਉਹਨਾਂ ਦਾ ਜ਼ਿਕਰ। ਗੁਰੂ ਸਾਹਿਬ ਨੇ ਕਿਉਂ ਜ਼ਿਕਰ ਕੀਤਾ? ਵੀ ਅਸੰਖਾਂ ਹੀ ਚੋਰ ਨੇ, ਠੱਗ ਨੇ, ਹਰਾਮ ਖੋਰ ਨੇ, ਬਦਖੋਈਆਂ ਬਦਕਾਰੀਆਂ ਕਰਨ ਵਾਲੇ ਨੇ। ਕਿਉਂ? ਸਾਨੂੰ ਦੱਸਿਆ ਵੀ ਵੇ ਸੰਸਾਰ ਇਹੋ ਹੀ ਹੈ, ਇਹਦੇ ਵਿੱਚ ਕੋਈ ਨੇਕ ਕੰਮ ਦੀ ਪ੍ਰੈਕਟਿਸ ਕਰ ਰਿਹਾ ਅਤੇ ਕੋਈ ਮਾੜੇ ਕੰਮ ਦੀ ਕਰ ਰਿਹਾ। ਤੂੰ ਵੀ ਇਸੇ ਸੰਸਾਰ ਵਿੱਚ ਆਇਆ, ਤੇਰੇ ਸਾਹਮਣੇ ਵੀ ਚੋਇਸ ਹੈ। ਤੈਨੂੰ ਦੱਸਿਆ ਜਾ ਰਿਹਾ ਵੀ ਆਹ ਸਾਰਾ ਜਿੱਥੇ ਤੂੰ ਹੈ ਇੱਥੇ ਆਹ ਸਾਰਾ ਕੁਝ ਪਹਿਲੋਂ ਹੈ। ਤੈਨੂੰ ਤੇਰਾ ਮਨ ਪਾਉਂਦਾ ਸੰਸਾਰ ਨਹੀਂ ਮਿਲ ਸਕਦਾ। ਹੁਣ ਜੇ ਤੂੰ ਕਹੇ ਵੀ ਸਾਰੀ ਦੁਨੀਆ 'ਚੋਂ ਪਹਿਲਾਂ ਚੋਰ ਕੱਢੋ ਅਤੇ ਮੈਂ ਫਿਰ ਜੀਣਾ, ਨਾ ਜੀ, ਤੇਰੇ ਹਿਸਾਬ ਨਾਲ ਦੁਨੀਆ ਨਹੀਂ ਬਣਨੀ। ਗੁਰੂ ਨਾਨਕ ਤੈਨੂੰ ਨਕਸ਼ਾ ਵਿਖਾ ਰਿਹਾ ਵੀ ਆਹ ਦੁਨੀਆ, ਇਸ ਦੁਨੀਆ ਵਿੱਚ ਹੁਣ ਤੂੰ ਵੀ ਆਇਆ, ਹੁਣ ਤੇਰੀ ਆਪਣੀ ਚੋਇਸ ਹੈ ਵੀ ਤੂੰ ਚੋਰ ਹਰਾਮ ਖੋਰ ਠੱਗ ਬਦਕਾਰ ਬਣ ਕੇ ਜੀਣਾ ਕਿ ਨੇਕ ਅਮਲ ਵਾਲਾ ਧਰਮੀ ਪੁਰਖ ਬਣ ਕੇ ਜੀਣਾ। ਮੈਂ ਤੈਨੂੰ ਸ਼ੀਸ਼ਾ ਵਿਖਾ ਦਿੱਤਾ, ਸਾਰਾ ਸਨਾਰੀਓ ਤੇਰੇ ਸਾਹਮਣੇ ਰੱਖ ਦਿੱਤਾ। ਗੁਰੂ ਦਾ ਮਤਲਬ ਕੀ? ਅਗਵਾਈ ਦੇਣ ਵਾਲਾ ਗੁਰੂ। ਸਾਨੂੰ ਚੰਗਾ ਅਤੇ ਮੰਦਾ ਦੋਵੇਂ ਪਹਿਲੂ ਵਿਖਾ ਰਿਹਾ ਔਰ ਸਾਨੂੰ ਦੱਸ ਰਹੇ ਨੇ ਸਤਿਗੁਰੂ ਪਾਤਸ਼ਾਹ ਵੀ ਆਹ ਹੈ ਸੰਸਾਰ। ਇਹਦੇ 'ਚ ਲੋਕ ਆਪਣਾ ਜੀਵਨ ਖਰਚ ਕਰਕੇ ਐਵੇਂ ਵੀ ਜੀ ਰਹੇ ਨੇ ਅਤੇ ਐਵੇਂ ਵੀ ਜੀ ਰਹੇ ਨੇ। ਹੁਣ ਅਸੀਂ ਸਲਾਹ ਪੁੱਛੀਏ, ਮਹਾਰਾਜ ਫਿਰ ਸਾਨੂੰ ਕਿਵੇਂ ਜੀਣਾ ਚਾਹੀਦਾ? ਤੁਸੀਂ ਦੱਸ ਤਾਂ ਦਿੱਤਾ ਵੀ ਆਹ ਧਰਮੀ ਹੈ ਅਤੇ ਆਹ ਠੱਗ ਹੈ, ਆਹ ਚੋਰ ਹੈ ਅਤੇ ਬਦਕਾਰ ਹੈ ਅਤੇ ਆਹ ਨੇਕ ਅਮਲ ਵਾਲਾ, ਤੁਸੀਂ ਦੋਵੇਂ ਰਾਹ ਵਿਖਾ ਦਿੱਤੇ। ਸਤਿਗੁਰੂ ਕਹਿੰਦੇ ਮੈਂ ਪਹਿਲਾਂ ਤੈਨੂੰ ਦੱਸਿਆ ਵੀ ਕੀ ਹੈ, ਹੁਣ ਜੇ ਤੂੰ ਮੈਨੂੰ ਪੁੱਛੇਗਾ ਤਾਂ ਮੈਂ ਤੇਰੀ ਅਗਵਾਈ ਕਰਾਂਗਾ। ਭੁੱਲੇ ਮਾਰਗ ਜਿਹਨੇ ਬਿਤਾਇਆ ਐਸਾ ਗੁਰ ਵਡਭਾਗੀ ਪਾਇਆ। ਗੁਰ ਪੁੱਛੋ ਤੁਮ ਕਰੋ ਵਿਚਾਰ, ਜਿਹਨੂੰ ਫਿਰ ਗੁਰਬਾਣੀ ਦੇ ਵਿੱਚ ਕਹਿ ਹਮ ਪੀਛੇ ਲਾਗ ਚਲੀ। ਜਦੋਂ ਗੁਰੂ ਨੇ ਮੱਤ ਦਿੱਤੀ ਤਾਂ ਮੈਂ ਗੁਰੂ ਦੇ ਮਗਰ ਤੁਰਿਆ ਵੀ ਸਤਿਗੁਰੂ ਮੈਂ ਤਾਂ ਤੇਰੇ ਵਾਲੇ ਰਾਹ 'ਤੇ ਤੁਰਨਾ ਚਾਹੁੰਦਾ। ਸਿੱਖ ਹੈ ਹੀ ਉਹ ਜਿਹੜਾ ਗੁਰੂ ਦਾ ਰਾਹ ਚੁਣ ਲੈ, ਜਿਹੜਾ ਰਾਹ ਗੁਰੂ ਦਾ ਚੁਣ ਲੈ। ਇਸ ਵਾਸਤੇ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਪਹਿਲੇ ਸਲੋਕ ਵਿੱਚ ਦੱਸਿਆ ਵੀ ਇੱਕ ਉਹ ਹੈ ਜਿਹੜਾ ਤੱਤ ਜੀਵਨ ਦਾ ਅਸਲ ਮਕਸਦ ਗ੍ਰਹਿਣ ਕਰ ਲੈਂਦੇ ਨੇ ਵੀ ਸਾਡਾ ਜੀਵਨ ਹੈ ਅਤੇ ਜੀਵਨ ਦੀ ਕੀਮਤ ਨੂੰ ਕਾਇਮ ਰੱਖਣਾ। ਉਹ ਕਿਵੇਂ ਰਹਿ ਸਕਦੀ? ਇਨਸਾਨ ਹਾਂ
ਇਨਸਾਨ ਬਣ ਕੇ ਇਨਸਾਨ ਦੀ ਇਨਸਾਨੀ ਜੀਵਨ ਦੀ ਕੀਮਤ ਰੱਖੀ ਜਾ ਸਕਦੀ ਹੈ। ਅਗਲਾ ਸਲੋਕ ਹੈ ਜਿਸ ਵਿੱਚ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮਾਇਆ ਡੋਲਨੀ ਪਵਨ ਵਹਿ ਹੇਵਤਾ। ਇਹ ਦੂਜਾ ਫਿਕਰਾ ਬਦਲ ਦਿੱਤਾ। ਕਬੀਰ ਮਾਇਆ ਡੋਲਣੀ ਸੇਮ ਸ਼ਬਦ ਨੇ ਜਿਹੜੇ ਪਹਿਲੇ ਸਲੋਕ ਸਨ, ਸੇਮ ਉਹ। ਪਵਨ ਸਵਾਸਾਂ ਨੂੰ ਕਹਿੰਦੇ ਨੇ, ਵਹਿ ਚੱਲ ਰਹੇ ਨੇ, ਹੇਵਤਾਰ ਹੇਵ ਕਹਿੰਦੇ ਨੇ ਠੰਡਕ ਨੂੰ, ਸ਼ੀਤਲਤਾ ਨੂੰ, ਠੰਡ ਵਾਲੇ, ਉਤੇਜਨਾ ਤੋਂ ਬਿਨਾਂ ਸਹਿਜ ਵਾਲੇ, ਜਿਹੜੇ ਸਾਹ ਜਿਹੜੀ ਮਧਾਣੀ ਚੱਲ ਰਹੀ ਹੈ ਨਾ। ਹੁਣ ਦੇਖੋ, ਕਈ ਵਾਰ ਬੱਚੇ ਜ਼ਿੱਦ ਕਰਦੇ ਸਨ ਮਾਂ ਦੀ ਗੋਦ 'ਚ ਆ ਕੇ ਬਹਿ ਜਾਣਾ, ਦਾਦੀ ਦੀ ਗੋਦ 'ਚ ਉਹਨਾਂ ਆਖਣਾ ਵੀ ਮਾਂ ਮੈਂ ਵੀ ਰਿੜਕਣਾ। ਅਤੇ ਹੁਣ ਉੱਥੇ ਤਾਂ ਇੱਕ ਬੜੇ ਤਰੀਕੇ ਨਾਲ, ਬੜੇ ਸਹਿਜ ਨਾਲ ਉਹਨੂੰ ਨੇਤਰੇ ਨੂੰ ਢਿੱਲਾ ਛੱਡ ਕੇ ਖਿੱਚ ਕੇ ਉਸ ਮਧਾਣੀ ਨੂੰ ਗੇੜਿਆ ਜਾਂਦਾ ਸੀ, ਅਤੇ ਬੱਚੇ ਨੇ ਉਹਨੂੰ ਫੜਨਾ ਅਤੇ ਉਹਨੂੰ ਆਉਣਾ ਵੀ ਮੈਂ ਛੇਤੀ ਛੇਤੀ ਮਾਂ ਤਾਂ ਹੌਲੀ ਮਧਾਣੀ ਚਲਾਉਂਦੀ, ਮੈਂ ਕਾਹਲੀ ਨਾਲ ਚਲਾਵਾਂ। ਅਤੇ ਮਾਂ ਨੇ ਉਸ ਵੇਲੇ ਹੱਥ ਫੜ ਲੈਣੇ, ਪੁੱਤ ਭਾਂਡਾ ਵੀ ਟੁੱਟ ਜਾਣਾ, ਨੇਤਰਾ ਕਦੀ ਤੂੰ ਲੋੜ ਤੋਂ ਵੱਧ ਢਿੱਲਾ ਕਰ ਦੇਣਾ ਜਾਂ ਕਦੀ ਜ਼ੋਰ ਦੀ ਖਿੱਚ ਲੈਂਦਾ, ਬਾਰ ਬਾਰ ਮਧਾਣੀ ਖਲੋ ਜਾਂਦੀ ਹੈ ਅਤੇ ਵਿੱਚੋਂ ਛਿੱਟਾਂ ਬਾਹਰ ਨਿਕਲ ਕੇ ਡਿੱਗਦੀਆਂ ਨੇ। ਇਹਨੂੰ ਸਹਿਜ ਨਾਲ, ਇਹਨੂੰ ਗੁਰਬਾਣੀ ਨੇ ਕੀ ਕਿਹਾ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ। ਸਹਿਜ ਤਕਨੀਕ ਹੈ ਨਾ ਇੱਕ, ਸਹਿਜ ਦਾ ਮਤਲਬ ਕੀ ਹੈ, ਨੇਤਰਾ ਉਨਾ ਕੁ ਢਿੱਲਾ ਵੀ ਛੱਡਣਾ ਅਤੇ ਉਨਾ ਕੀ ਖਿੱਚਣਾ। ਉਹਨੂੰ ਫਿਰ ਇੱਕ ਨਾਰਮਲ ਸਪੀਡ ਦੇ ਉੱਤੇ ਉਸਨੂੰ ਬਾਰ 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 ਇਸ ਤਰ੍ਹਾਂ ਉਹਨੂੰ ਗੇੜਨਾ। ਇਹੀ ਤਕਨੀਕ ਸੀ ਨਾ, ਸਹਿਜ ਬਿਲੋਵੋ ਜੈਸੇ ਤੱਤ ਨਾ ਜਾਏ। ਉਹਦਾ ਤੱਤ ਜੋ ਤੂੰ ਕੱਢਣਾ ਚਾਹੁੰਦਾ ਉਹ ਖਰਾਬ ਨਾ, ਆਪਣੇ ਮਕਸਦ ਤੱਕ। ਵੈਸੇ ਇੱਕ ਬਚਨ ਹੋਰ ਵੀ ਬਾਣੀ 'ਚ ਹੈ, ਉੱਥੇ ਵੀ ਸੰਸਾਰ ਬੜੇ ਹੈਰਾਨੀ ਭਰੇ ਕੰਮ ਕਰ ਰਿਹਾ, ਇਹਦਾ ਜ਼ਿਕਰ ਵੀ ਇਸ ਸਲੋਕ ਵਿੱਚ ਕੀਤਾ ਹੈ। ਔਰ ਉਹ ਸ਼ਬਦ ਵੀ ਬਾਬਾ ਕਬੀਰ ਸਾਹਿਬ ਦਾ, ਉਹ ਕਹਿੰਦੇ, ਐਸੋ ਅਚਰਜ ਦੇਖਿਓ ਕਬੀਰ ਦੱਦ ਕੈ ਭੋੜੈ ਬਿਰੋਲੇ ਨੀਰ। ਵੀ ਬਹੁਤੀ ਦੁਨੀਆ ਦਾ ਦਹੀਂ ਦੇ ਭੁਲੇਖੇ ਪਾਣੀ 'ਚ ਹੀ ਮਧਾਣੀ ਪਾ ਕੇ ਬੈਠੀ ਹੈ, ਉਹ ਪਾਣੀ ਰਿੜਕ ਰਹੀ ਹੈ। ਖੌਰੇ ਸਦੀਆਂ ਦੇ ਪ੍ਰਚਾਰ ਨੇ ਸਾਡੇ ਦਿਮਾਗ 'ਚ ਪਾ ਦਿੱਤਾ ਹੋਵੇ ਵੀ ਤਕੜਾ ਹੋ ਜਾ, ਪਾਣੀ ਰਿੜਕ ਕੇ ਅਗਲਿਆਂ ਨੇ 14 ਰਤਨ ਕੱਢ ਲਏ ਸਨ, ਤੂੰ ਕਿਉਂ ਨਾ ਕੱਢੇਗਾ। ਇਸ ਤਰ੍ਹਾਂ ਹੀ ਹੈ ਨਾ, ਤੋ ਹਰ ਆਪਣਾ ਮਨ ਭਾਉਂਦਾ ਰਤਨ ਕੱਢਣ ਦੀ ਕੋਸ਼ਿਸ਼ ਵਿੱਚ ਹੈ। ਹੁਣ ਜ਼ਰਾ ਸੋਚਣਾ, ਕਿਉਂਕਿ ਸਦੀਆਂ ਦੇ ਪ੍ਰਚਾਰ ਨੇ ਸਾਡੇ ਦਿਮਾਗ 'ਚ ਪਾਇਆ ਵੀ ਸੁਮੇਰ ਪਰਬਤ ਮਧਾਣਾ ਸੀ, ਸ਼ੇਸ਼ ਨਾਗ ਨੇਤਰਾ ਸੀ, ਅਤੇ ਇੱਕ ਪਾਸੇ ਦੈਂਤ ਲੱਗੇ ਸਨ, ਇੱਕ ਪਾਸੇ ਦੇਵਤੇ ਲੱਗੇ ਸਨ, ਅਤੇ ਰਿੜਕਦੇ ਰਹੇ। 14 ਰਤਨ ਉਹਨਾਂ ਨੇ ਕੱਢੇ, ਮਨ ਪਾਉਂਦਾ ਰਤਨ ਜਿਹਦਾ ਜਿਹੜਾ ਕਿਸੇ ਨੂੰ ਸੂਟ ਬੈਠਾ ਉਹ ਲੈਂਦਾ ਗਿਆ, ਜ਼ਹਿਰ ਕਿਸੇ ਨੇ ਲਿਆ ਨਾ ਉਹ ਸ਼ਿਵ ਨੂੰ ਦੇ ਦਿੱਤਾ ਵੀ ਇਹ ਤੂੰ ਹੀ ਇਹਨੂੰ ਪਚਾ ਸਕਦਾ, ਉਹ ਉਹਨੇ ਲੈ ਲਿਆ। ਸ਼ਰਾਬ ਵੀ ਨਿਕਲੀ ਉਹ ਵੀ ਪੀਤੀ ਗਈ, ਅਤੇ ਅੰਮ੍ਰਿਤ ਜਦੋਂ ਨਿਕਲਿਆ ਤਾਂ ਉਹਦੇ 'ਤੇ ਖੱਲਰ ਪੈ ਗਿਆ, ਕਿਉਂਕਿ ਦੇਵਤਿਆਂ ਨੇ ਬੇਈਮਾਨੀ ਕੀਤੀ। ਕਮਾਲ ਦੀ ਗੱਲ ਹੈ, ਜਿਨ੍ਹਾਂ ਦੀ ਅਸੀਂ ਪੂਜਾ ਕਰਦੇ ਸਾਨੂੰ ਬਾਅਦ 'ਚ ਪਤਾ ਲੱਗਿਆ ਵੀ ਉਹ ਤਾਂ ਬੇਈਮਾਨੀ ਵੀ ਕਰ ਸਕਦੇ ਨੇ, ਵੀ ਜਦੋਂ ਅਗਲਿਆਂ ਨੇ ਬਰਾਬਰ ਜ਼ੋਰ ਲਾਇਆ ਤਾਂ ਫਿਰ ਅੱਧਾ ਅੱਧਾ ਵੰਡੋ। ਉਹਨਾਂ ਨੂੰ ਸ਼ਰਾਬ ਪਿਆਈ ਜਾਣ ਅਤੇ ਆਪ ਅੰਮ੍ਰਿਤ ਪੀਤੀ ਜਾਣ, ਉਹਨਾਂ 'ਚੋਂ ਦੋ ਰਾਹੂ ਅਤੇ ਕੇਤੂ ਨੂੰ ਪਤਾ ਲੱਗ ਗਿਆ ਵੀ ਸਾਡੇ ਨਾਲ ਤਾਂ ਚੀਟਿੰਗ ਹੋ ਰਹੀ ਹੈ, ਉਹਨਾਂ ਰੌਲਾ ਪਾਇਆ। ਇਸੇ ਕਰਕੇ ਉਹਨਾਂ ਨੂੰ ਹੁਣ ਗ੍ਰਹਿਣ ਲੱਗਦਾ ਹੈ, ਰਾਹੂ ਅਤੇ ਕੇਤੂ ਸੂਰਜ ਅਤੇ ਚੰਦਰਮਾ ਨੂੰ ਆ ਕੇ ਗ੍ਰਹਿਣ ਦੇ ਰੂਪ 'ਚ ਚੰਬੜ ਜਾਂਦੇ। ਦੇਖੋ ਕੈਸੀਆਂ ਅਜੀਬ ਕਥਾ ਨੇ, ਇੰਟਰਸਟਿੰਗ ਤਾਂ ਹਨ, ਬਹੁਤ ਵਧੀਆ ਨੇ, ਪਰ ਇਹ ਸਾਰੀ ਕਥਾ ਕਹਾਣੀ ਦੇ ਵਿੱਚ ਗੁਰੂ ਨੇ ਇਹਦੀ ਉਦਾਹਰਣ ਵੀ ਦਿੱਤੀ। ਸਤਿਗੁਰੂ ਆਉਂਦੇ ਨੇ ਸੁਰਤ ਨੂੰ ਨੇਤਰਾ ਬਣਾ, ਸੁਰਤ ਨੂੰ ਮਧਾਣਾ, ਇਹਦਾ ਜ਼ਿਕਰ ਗੁਰਬਾਣੀ ਦੇ ਵਿੱਚ ਕੀਤਾ। ਬਾਬਾ ਸੱਤਾ ਅਤੇ ਬਲਵੰਡ ਨੇ ਜ਼ਿਕਰ ਕੀਤਾ, ਗੁਰੂ ਅਮਰਦਾਸ ਨੇ ਇੱਕ ਸਮੁੰਦਰ ਰਿੜਕਿਆ,
ਲੋਕ ਹੈਰਾਨ ਹੋ ਗਏ, ਲਓ ਨਵੀਂ ਕਥਾ ਆ ਗਈ, ਪਹਿਲੀ ਤੋਂ ਖਹਿੜਾ ਲਈ ਛੁੱਟਿਆ, ਨਵੀਂ ਸੁਣਾਉਣ ਲੱਗਦਾ। ਇਹ ਦੇਵਤਿਆਂ ਦੈਂਤਾਂ ਨੇ ਸਮੁੰਦਰ ਰਿੜਕਿਆ, ਉਹ ਤਾਂ ਸੁਣਿਆ ਸੀ, ਗੁਰੂ ਅਮਰਦਾਸ ਨੇ ਵੀ ਰਿੜਕਿਆ, ਆਖਿਆ ਕਿਉਂ ਨਹੀਂ। ਪਿਓ ਦਾਦੇ ਜਿਹਵਾ ਪੋਤਰਾ ਪ੍ਰਵਾਨ, ਜਿਨ ਬਾਸਕ ਨੇਤਰੈ ਕਤਿਆ ਕਰ ਨੇਹੀ ਤਾਣ, ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਣ, ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਭਾਣ। ਫਿਰ ਉਹਦੇ ਵਿੱਚ ਹੀ ਲਿਖਿਆ, 14 ਰਤਨ ਨਿਕਾਲਿਓਨ ਕੀਤੋ ਨਚਾਨਾਣ, ਘੋੜਾ ਕੀਤੋ ਸਹਿਜ ਦਾ ਜਤ ਕੀਓ ਪੁਲਾਣ, ਧਨਖ ਚੜਾਇਓ ਸਤ ਦਾ ਜਸ ਹੰਦਾ ਬਾਣ। ਉਹਨਾਂ ਕਿਹਾ ਸਰੀਰ ਸਮੁੰਦਰ ਹੈ, ਸਰੀਰ ਸਮੁੰਦਰ ਹੈ, ਸੁਰਤ ਮਧਾਣਾ ਹੈ ਅਤੇ ਮਨ ਨੇਤਰਾ ਹੈ। ਗੁਰੂ ਅਮਰਦਾਸ ਨੇ ਆਪਣੇ ਆਪ ਨੂੰ ਰਿੜਕਿਆ ਅਤੇ ਗੁਣਾਂ ਦੇ 14 ਰਤਨ ਕੱਢ ਲਏ। ਬੰਦਿਆ, 14 ਰਤਨ ਗੁਣ ਨੇ ਅਤੇ ਤੇਰੇ ਅੰਦਰ ਨੇ, ਇਹਨੂੰ ਰਿੜਕ। ਤੂੰ ਤਾਂ ਬਾਹਰ ਦੇ ਸਮੁੰਦਰ ਨੂੰ ਰਿੜਕਣ ਦੀਆਂ ਕਹਾਣੀਆਂ ਸੁਣ ਰਿਹਾ। ਇੱਥੇ ਬਾਬਾ ਕਬੀਰ ਸਾਹਿਬ ਨੇ ਕੀ ਆਖਿਆ, ਕਹਿਣ ਲੱਗੇ, ਦਦ ਕਹਿ ਭੂੜੈ ਬਿਰੋਲੈ ਨੀ। ਬੰਦਾ ਕਾਮ 'ਚੋਂ ਸੁੱਖ ਚਾਹੁੰਦਾ, ਲੋਭ 'ਚੋਂ ਸੁੱਖ ਚਾਹੁੰਦਾ, ਖੋ ਖਿੰਝ ਕੇ ਉਹਦੇ 'ਚੋਂ ਮਾਨਸਿਕ ਤਸੱਲੀ ਚਾਹੁੰਦਾ, ਨਹੀਂ ਮਿਲਣੀ, ਤੂੰ ਪਾਣੀ ਰਿੜਕ ਰਿਹਾ। ਸਤਿਗੁਰੂ ਪਾਤਸ਼ਾਹ ਨੇ ਅਗਲੇ ਸਲੋਕ ਵਿੱਚ ਆਖਿਆ, ਕਬੀਰ ਮਾਇਆ ਡੋਲਣੀ ਪਵਨ ਵਹਿ ਹਿਵ ਧਾਰ। ਕਹਿੰਦੇ ਨੇ ਸਹਿਜ ਨਾਲ ਜਿਨ੍ਹਾਂ ਦੇ ਸਵਾਸ ਚੱਲਦੇ ਨੇ, ਭਾਵ ਜਿਹੜੇ ਆਪਣੇ ਸਵਾਸਾਂ ਨੂੰ ਹੰਢਾਉਂਦਿਆਂ ਸਹਿਜ ਨਾਲ, ਟਿਕਾ ਨਾਲ, ਬੈਲੈਂਸ ਨਾਲ ਜੀਵਨ ਵਿੱਚ ਚੱਲਦੇ ਹਨ, ਠੰਡੇ ਸਾਹਾਂ ਨਾਲ ਚੱਲਦੇ ਨੇ, ਜਿਹੜੇ ਬਹੁਤੇ ਭੜਕਦੇ ਨਹੀਂ ਆਪਣੇ ਜੀਵਨ ਵਿੱਚ। ਕਹਿਣ ਲੱਗੇ, ਜਿਨ ਬਿਲੋਇਆ ਤਿੰਨ ਖਾਇਆ। ਜਿਨ੍ਹਾਂ ਨੇ ਇਵੇਂ ਬਿਲੋਇਆ, ਬਿਲੋਇਆ ਮਤਲਬ ਰਿੜਕਿਆ, ਜਿਨ੍ਹਾਂ ਨੇ ਭਾਈ ਜਗਤ ਨੂੰ ਇਵੇਂ ਰਿੜਕਿਆ ਨਾ, ਸਹਿਜ ਦੇ ਸਾਹਾਂ ਨਾਲ, ਆਨੰਦ ਨਾਲ, ਟਿਕਾ ਨਾਲ, ਉਹਨਾਂ ਨੇ ਅਸਲ ਤੱਤ ਖਾਧਾ ਅਤੇ ਬਾਕੀ ਅਵਰ ਬਿਲੋਵਨ ਹਾਰ, ਬਾਕੀ ਰਿੜਕਦੇ ਹੀ ਰਹਿੰਦੇ ਨੇ, ਉਹਨਾਂ ਨੂੰ ਮਿਲਦਾ ਕੁਝ ਨਹੀਂ, ਉਹ ਜੀਵਨ 'ਚੋਂ ਕੱਢਦੇ ਕੁਝ ਨਹੀਂ, ਉਹਨਾਂ ਦੀ ਜ਼ਿੰਦਗੀ 'ਚ ਸੰਤੁਸ਼ਟੀ ਨਹੀਂ ਹੁੰਦੀ। ਹੁਣ ਅਸੀਂ ਆਪਣੀ ਜ਼ਿੰਦਗੀ 'ਚ ਸਭ ਤੋਂ ਵੱਧ ਕੀ ਮੰਗਦੇ ਹਾਂ, ਜ਼ਰਾ ਸੋਚਿਓ, ਸਾਡੀਆਂ ਉਮਰਾਂ ਲੰਮੀਆਂ ਹੋ ਜਾਣ। ਹਰ ਬੰਦਾ ਜੀਣਾ ਚਾਹੁੰਦਾ ਹੈ ਨਾ, ਵੱਧ ਜੀਣਾ ਚਾਹੁੰਦਾ, ਇਹ ਹਸਰਤ ਹੈ, ਔਰ ਇਹ ਹਸਰਤ ਆਪਣੀ ਥਾਂ ਫਾਇਦੇਮੰਦ ਵੀ ਹੈ। ਕੁਦਰਤ ਨੇ ਸਾਡੇ ਅੰਦਰ ਜੀਣ ਦੀ ਜਿਹੜੀ ਜਿਗਿਆਸਾ ਪਾਈ ਹੈ, ਇਹ ਪਸ਼ੂਆਂ, ਪੰਛੀਆਂ, ਕੀੜਿਆਂ ਮਕੌੜ ਹਰ ਚੀਜ਼ ਵਿੱਚ ਪਾਈ ਹੈ। ਇਹ ਠੀਕ ਹੈ ਵੀ ਸਾਡੇ ਅੰਦਰ ਜੀਣ ਦੀ ਲਾਲਸਾ ਹੋਵੇ ਤਾਂ ਹੀ ਅਸੀਂ ਆਪਣੇ ਆਪ ਨੂੰ, ਆਪਣਾ ਜੀਵਨ ਚੰਗਾ ਬਣਾ ਸਕਦੇ ਹਾਂ। ਪਰ ਇੱਕ ਨੁਕਤਾ ਹੋਰ ਖਿਆਲ ਵਿੱਚ ਰੱਖਣਾ, ਗੁਰੂ ਕਹਿੰਦੇ ਆਪਣੇ ਮਨ ਅੰਦਰ ਝਾਤ ਮਾਰ ਕੇ ਵੇਖ, ਲੰਮੀ ਉਮਰ ਮੰਗਣ ਵਾਲਿਆ, ਜੇ ਹੁਣ ਤੱਕ ਨਰਕਣ ਡਾਇਆ ਤਾਂ ਫਿਰ ਤਾਂ ਤੂੰ ਬਹੁਤ ਗਲਤ ਚੋਇਸ ਲੈ ਬੈਠਾ, ਫਿਰ ਤਾਂ ਤੂੰ ਮੰਨ ਲਓ, ਜੇ ਮੈਂ 32, 33, 34 ਸਾਲ ਹੰਢਾਏ ਨੇ ਤਾਂ ਮੈਂ ਉਹ ਸਾਰੇ ਈਰਖਾ, ਨਫ਼ਰਤ, ਦੁਵੇਸ਼, ਮਾੜਾ ਕਰਮ ਕਰਦਿਆਂ ਜੀਵਨ ਨਰਕੀ ਬਣਾ ਕੇ ਹੰਢਾਏ ਨੇ, ਅਤੇ ਮੈਂ ਜੀਵਨ ਨੂੰ ਬਦਲਣ ਦੀ ਨਾ ਸੋਚਾਂ ਅਤੇ ਆਖਾਂ, ਨਹੀਂ ਮਾਲਕੋ 70 ਸਾਲ ਕਰ ਦਿਓ ਨਾ, ਹੋਰ ਐਕਸਟੈਂਡ ਕਰ ਦਿਓ 30-35 ਸਾਲ। ਮਹਾਰਾਜ ਆਖਣਗੇ, ਵੇਖ ਲੈ, ਰੇੜ ਖੁੜ ਕੇ 35 ਤੱਕ ਪਹੁੰਚਿਆ, ਇਹੋ ਜਿਹਾ ਹੀ ਰਹਿਣਾ ਕੰਮ, ਜਾਂ ਤਾਂ ਸਵਾਰ ਆਪਣੇ ਆਪ ਨੂੰ। ਅਤੇ ਜੇ ਤੂੰ ਜੀਵਨ ਤਾਂ ਲੰਮਾ ਮੰਗੀ ਜਾ ਰਿਹਾ ਵੀ ਸਮਾਂ ਹੋਰ ਵੱਧ ਮਿਲ ਜਾਏ, ਪਰ ਜੀਣਾ ਮੈਂ ਨਰਕ 'ਚ ਹੀ ਹੈ, ਜੀਣਾ ਮੈਂ ਇਵੇਂ ਹੀ ਹੈ, ਤਾਂ ਸਤਿਗੁਰੂ ਕਹਿੰਦੇ ਫਿਰ ਤਾਂ ਤੇਰੇ ਲਈ ਇਹ ਬੋਝ ਬਣ ਜਾਣਾ। ਇਸ ਕਰਕੇ ਜ਼ਿੰਦਗੀ ਅਸੀਂ ਸਾਰੇ ਹੀ ਲੋੜਦੇ ਹਾਂ, ਪਰ ਜੀਵਨ ਦਾ ਚੱਜ ਅਸੀਂ ਵਿਰਲੇ ਲੋੜਦੇ ਹਾਂ। ਜਿੰਨਾ ਹੋਏ ਆਨੰਦ ਪੂਰਵਕ ਹੋਏ, ਸਹਿਜ ਵਾਲਾ ਹੋਏ, ਚੜ੍ਹਦੀ ਕਲਾ ਵਾਲਾ ਹੋਏ, ਪ੍ਰੇਮ ਮੁਹੱਬਤ ਵਾਲਾ ਹੋਏ, ਜੀਵਨ ਕੁਝ ਅਸੂਲਾਂ ਵਾਲਾ ਹੋਏ,
ਉਹ ਜਿਹੜੀ ਦਾਤ ਹੈ ਸਾਡੇ ਜੀਵਨ ਵਿੱਚ ਉਹਦਾ ਹੋਣਾ ਬੜਾ ਲਾਜ਼ਮੀ ਹੈ, ਉਹ ਬਹੁਤ ਜ਼ਰੂਰੀ ਹੈ। ਇਸ ਲਈ ਸਤਿਗੁਰੂ ਨੇ ਬਾਣੀ ਦੇ ਵਿੱਚ ਇੱਕ ਬਚਨ ਕਿਹਾ, ਹਜ਼ੂਰ ਕਹਿਣ ਲੱਗੇ, ਇੱਕ ਗੱਲ ਚੇਤੇ ਰੱਖੀ, ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ, ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ, ਸਰਫੈ ਸਰਫੈ ਸਦਾ ਸਦਾ ਇਵੇਂ ਗਈ ਵਿਹਾਏ। ਸਤਿਗੁਰੂ ਕਹਿੰਦੇ ਕਈਆਂ ਦੀ ਤਾਂ ਐਵੇਂ ਸਰਫਾ ਸਰਫੇ ਦੇ ਵਿੱਚ, ਜਾਣੀ ਕਿ ਨੇਕ ਆਚਰਣ ਵੱਲੋਂ ਹੱਥ ਘੁੱਟ ਕੇ ਰੱਖਦੇ ਨੇ। ਮੰਨ ਲਓ ਨਾ, ਜਿਵੇਂ ਇੱਕ ਉਦਾਹਰਣ ਦੇਣਾ, ਮੈਂ ਕੋਈ ਵਧੀਆ ਕਾਰਜ ਨਹੀਂ ਕਰ ਸਕਦਾ, ਉਹ ਸਾਰੂ ਕੰਮ ਕੋਈ ਬੰਦਾ ਵਧੀਆ ਕਰਨ ਲੱਗ ਪਏ ਅਤੇ ਮਨ ਵਿੱਚ ਖਿਆਲ ਆਵੇ ਵੀ ਇਹਨੂੰ ਸ਼ਾਬਾਸ਼ ਦੇਈਏ, ਫਿਰ ਬੰਦਾ ਕਹਿੰਦਾ ਛੱਡ ਪਰਿਆ ਮੈਂ ਸਿਰ ਚੜੇਗਾ। ਕਿੰਨਾ ਸਰਫਾ ਹੈ ਬੰਦੇ ਕੋਲ, ਹੁੰਦਾ ਹੈ ਨਾ, ਕਿੰਨਾ ਸਰਫਾ ਵੀ ਇਹਨੂੰ ਸ਼ਾਬਾਸ਼ ਕੀ ਦੇਣੀ ਹੈ, ਛੱਡੋ ਪਰੇ, ਸਗੋਂ ਇਹਨੂੰ ਥੱਲੇ ਸੁੱਟਣ ਦੀ ਕੋਸ਼ਿਸ਼ ਕਰੋ। ਉਹਦਾ ਕਾਰਨ ਕੀ ਹੁੰਦਾ? ਗੁਰੂ ਕਹਿੰਦੇ ਵੇਖੋ ਕਿੰਨਾ ਕੰਗਾਲ ਹੈ ਬੰਦਾ, ਵੀ ਇਹਦੇ ਕੋਲ ਜ਼ਬਾਨ 'ਤੇ ਹੈ, ਦੋ ਸ਼ਬਦ ਨਹੀਂ ਹੈ, ਦੋ ਸ਼ਬਦ ਨਹੀਂ। ਜ਼ਰਾ ਸੋਚ ਕੇ ਵੇਖੋ, ਇਸ ਰਸਨਾ ਤੋਂ ਵੀ ਸਰਫੇ ਬੰਦਾ ਬੰਦਾ ਕੀ ਵੰਡਦਾ? ਸਦਾ ਜ਼ਹਿਰ ਹੀ ਵੰਡਦਾ ਰਹਿੰਦਾ, ਜ਼ਹਿਰ ਹੀ ਵੰਡਦਾ ਰਹਿੰਦਾ। ਹੁਣ ਪੋਤੇ ਪੋਤੀਆਂ ਬੱਚੇ ਛੋਟੇ ਕੋਲ ਬੈਠੇ ਹੋਣ, ਬੰਦਾ ਉਹਨਾਂ ਸਾਹਮਣੇ ਵੀ ਆਪਣੀ ਕੈਸਟ ਉਹ ਹੀ ਚਲਾਉਂਦਾ ਜਿਹਦੇ 'ਚ ਉਹ ਆਪਣੀ ਵਡਿਆਈ ਕਰ ਸਕੇ ਅਤੇ ਉਹਦੇ 'ਚ ਜ਼ਹਿਰ ਹੀ ਪੁਣਿਆ ਜਾ ਰਿਹਾ ਹੋਵੇ। ਜ਼ਰਾ ਸੋਚਣਾ, ਪਰਵਰਿਸ਼ ਜਿਹਨੂੰ ਆਪਾਂ ਕਹਿੰਦੇ ਨਾ, ਬੱਚੇ ਦੀ ਪਰਵਰਿਸ਼ ਉਹ ਇਕੱਲੀ ਕੱਪੜਿਆਂ ਨਾਲ ਨਹੀਂ ਹੁੰਦੀ, ਤੁਹਾਡੀ ਜ਼ਬਾਨ ਤੋਂ ਕੀ ਨਿਕਲਦਾ ਉਹਦੇ ਨਾਲ ਵੀ ਹੁੰਦੀ ਹੈ। ਤੁਸੀਂ ਕੀ ਸੋਚਿਆ ਅਤੇ ਉਹ ਸੋਚ ਨੂੰ ਕਿਵੇਂ ਇੰਪਲੀਮੈਂਟ ਕੀਤਾ ਉਹਦੇ ਨਾਲ ਵੀ ਹੁੰਦੀ ਹੈ। ਇਹ ਚੀਜ਼ਾਂ ਬੜੀਆਂ ਮਾਇਨੇ ਰੱਖਦੀਆਂ ਨੇ। ਸੰਸਾਰ ਇੱਕ ਖੂਹ ਹੈ ਜਿਹਦੇ ਵਿੱਚ ਅਸੀਂ ਜਿਵੇਂ ਦੀ ਆਵਾਜ਼ ਦਿੰਦੇ ਹਾਂ ਉਵੇਂ ਦੀ ਆਵਾਜ਼ ਮੁੜ ਕੇ ਸਾਡੇ ਤੱਕ ਪਹੁੰਚਦੀ ਹੈ, ਅਸੀਂ ਨਾ ਹੋਏ ਤਾਂ ਸਾਡੀਆਂ ਪੀੜ੍ਹੀਆਂ ਤੱਕ ਪਹੁੰਚੇਗੀ। ਕੁਦਰਤ ਕੋਈ ਵੀ ਚੀਜ਼ ਆਪਣੇ ਕੋਲ ਉਧਾਰ ਨਹੀਂ ਰੱਖਦੀ, ਲੁਕਾ ਕੇ ਨਹੀਂ ਰੱਖਦੀ, ਤੁਹਾਨੂੰ ਵਾਪਸ ਕਰ ਦਿੰਦੀ। ਇਸ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਜਿਹਾ ਵੇਖੈ ਤਿਹਾ ਵੇਖ ਦਾ ਉਪਦੇਸ਼ ਬਾਣੀ 'ਚ ਦਿੱਤਾ, ਆਪਣੇ ਅੰਦਰ ਨੂੰ ਇੱਕ ਸੁਰ ਕਰ, ਤੂੰ ਸੰਸਾਰ ਨੂੰ ਜਿਵੇਂ ਦਾ ਵੇਖਣਾ ਚਾਹੇਗਾ ਉਵੇਂ ਦਾ ਹੀ ਦੱਸੇਗਾ, ਜੇ ਜਗਤ ਨੂੰ ਤੂੰ ਨਰਕ ਵੇਖਣਾ ਚਾਹੇਗਾ ਤਾਂ ਨਰਕ ਹੀ ਦੱਸੇਗਾ, ਜੇ ਸਵਰਗ ਵੇਖਣਾ ਚਾਹੇਗਾ ਤਾਂ ਸੰਸਾਰ ਸਵਰਗ ਹੀ ਨਜ਼ਰ ਆਏਗਾ। ਬਸ ਇਹੀ ਫਰਕ ਹੈ, ਕਿਸੇ ਨੂੰ ਸੰਸਾਰ ਵਿੱਚ ਨੀਵਾਂ ਉੱਚਾ ਹਰ ਤਰ੍ਹਾਂ ਦੇ ਲੋਕ ਦਿਸਦੇ, ਗੁਰੂ ਨਾਨਕ ਨੂੰ ਰੱਬ ਦਾ ਬੰਦਾ ਹੀ ਦਿਸਦਾ ਸੀ। ਕਿਸੇ ਨੇ ਬਾਬੇ ਨੂੰ ਸਲਾਹ ਦਿੱਤੀ ਹੋਏਗੀ, ਮਹਾਰਾਜ ਤੁਸੀਂ ਉਹਦੇ ਕੋਲ ਕੀ ਲੈਣ ਜਾਣਾ, ਉਹ ਤਾਂ ਠੱਗ ਹੈ। ਗੁਰੂ ਨੇ ਆਖਿਆ ਨਹੀਂ, ਰੱਬ ਦਾ ਬੰਦਾ ਹੈ। ਬੱਚਾ ਚਿੱਕੜ 'ਚ ਡਿੱਗ ਕੇ ਚਿੱਕੜ ਨਾਲ ਲਿਬੜ ਜਾਏ ਤਾਂ ਕਿਤੇ ਉਹ ਪੁੱਤ ਨਹੀਂ ਰਹਿੰਦਾ, ਮਾਂ ਵਾਸਤੇ ਉਹ ਪੁੱਤ ਹੀ ਰਹਿੰਦਾ। ਦੇਖੋ ਕਿੰਨਾ ਉੱਚਾ ਵਹਾਅ ਹੈ ਗੁਰੂ ਨਾਨਕ ਦੀ ਸੁਰਤ ਦਾ। ਉਹਨਾਂ ਆਖਿਆ ਜੇ ਸੱਜਣ ਰੱਬ ਦਾ ਪੈਦਾ ਕੀਤਾ ਮੇਰੇ ਵਰਗਾ ਬੰਦਾ ਠੱਗੀਆਂ ਦੇ ਚਿੱਕੜ ਵਿੱਚ ਡਿੱਗ ਕੇ ਲਿਬੜ ਗਿਆ ਤਾਂ ਕੀ ਉਹ ਬੰਦਾ ਨਹੀਂ ਰਿਹਾ? ਮੈਂ ਕੋਸ਼ਿਸ਼ ਕਰਾਂਗਾ ਜਿੰਨੀ ਉਹਦੀ ਮੈਲ ਲਾ ਸਕਿਆ, ਉਹਨੂੰ ਸੁਚੇਤ ਕਰ ਸਕਿਆ ਵੀ ਤੂੰ ਚਿੱਕੜ 'ਚ ਹੈ। ਪਰ ਮੈਂ ਕਈ ਵਾਰ ਬਿਨੈ ਕੀਤੀ, ਅਸੀਂ ਇੱਕ ਸੱਜਣ ਦੀ ਗੱਲ ਕਰਦੇ, ਗੁਰੂ ਨਾਨਕ ਨੇ ਇੱਕ ਬੰਦੇ ਪਿੱਛੇ ਸੈਂਕੜੇ ਹਜ਼ਾਰਾਂ ਹੀ ਮਨੁੱਖ ਤਬਾਹ ਹੋਣ ਤੋਂ ਬਚਾ ਲਏ, ਸੈਂਕੜੇ ਹਜ਼ਾਰ। ਮੰਨ ਲਓ ਜੇ ਉਹ 30 ਸਾਲ ਹੋਰ ਵੀ ਜਿਉਂਦਾ ਰਹਿੰਦਾ ਇਸ ਧਰਤੀ 'ਤੇ ਤਾਂ ਕਿੰਨਿਆਂ ਨੂੰ ਲੁੱਟਦਾ, ਸਾਰੇ ਸੇਫ ਹੋ ਗਏ। ਫਿਰ ਉਸ ਇੱਕ ਬੰਦੇ ਦੀ ਐਗਜ਼ੈਂਪਲ ਸੈੱਟ ਹੋ ਗਈ, ਵੇਖੋ ਇਸ ਬੰਦੇ ਨੇ ਗੁਨਾਹ ਛੱਡ ਦਿੱਤੇ, ਜਿਨ੍ਹਾਂ ਨੇ ਹੋਰ ਵੀ ਠੱਗੀ ਵੱਲ ਤੁਰਨਾ ਸੀ ਉਹਨਾਂ ਨੂੰ ਸੱਜਣ ਨਜ਼ਰੀ ਪੈਂਦਾ ਰਿਹਾ।
ਇੱਕ ਮਨੁੱਖ ਦੇ ਪਿੱਛੇ ਸੰਸਾਰ ਦਾ, ਸਮਾਜ ਦਾ ਕਿੰਨਾ ਵੱਡਾ ਹਿੱਸਾ ਬਦਲ ਜਾਂਦਾ ਹੈ, ਇਹ ਅਸੀਂ ਸੋਚ ਵੀ ਨਹੀਂ ਸਕਦੇ। ਤੋ ਸਾਹਿਬ ਸਤਿਗੁਰੂ ਨੇ ਆਪਣੀ ਮੁਬਾਰਕ ਬਾਣੀ ਵਿੱਚ ਸਾਨੂੰ ਸੰਸਾਰ ਦੇ ਦੋ ਪੱਖਾਂ ਤੋਂ ਦਰਸ਼ਨ ਕਰਾਏ ਨੇ। ਇਹ ਸੰਸਾਰ ਨੂੰ ਗੁਰਬਾਣੀ ਦੇ ਵਿੱਚ ਫਰੀਦਾ ਭੂਮ ਰੰਗਾਵਲੀ ਮੰਝ ਵਿਸ਼ੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿੰਨਾਂ ਅੰਸ਼ ਨਾ ਲਾ। ਉਹ ਕਹਿੰਦੇ ਸੰਸਾਰ ਬੜਾ ਰੰਗਾਵਲਾ ਅਤੇ ਸੋਹਣਾ, ਪਰ ਇਹਦੇ ਵਿੱਚ ਜ਼ਹਿਰ ਵੀ ਹੈ, ਜ਼ਹਿਰੀਲੇ ਫਲ ਵੀ ਨੇ, ਅਤੇ ਉਹ ਵਿਖੇ ਬੰਨ ਜਿਹੜੇ ਨੇ ਉਹਨਾਂ ਤੋਂ ਕਿਵੇਂ ਬਚਣਾ ਹੈ। ਇਹ ਸਾਨੂੰ ਜੋ ਜਨ ਪੀਰ ਨਿਵਾਜਿਆ, ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜਿਆ, ਗੁਰੂ ਪਛਾਣ ਕਰਾਉਂਦਾ। ਗੁਰੂ ਦਾ ਕਰਮ ਕੀ ਹੈ? ਉਹ ਗਿਆਨ ਦਾ ਚਾਨਣ ਦੇ ਕੇ ਸਾਨੂੰ ਪਛਾਣ ਕਰਾਉਂਦਾ ਹੈ ਵੀ ਭਾਈ ਆਹ ਅੰਮ੍ਰਿਤ ਹੈ, ਆਹ ਜ਼ਹਿਰ ਹੈ, ਆਹ ਗੁਰਮੁਖਤਾਈ ਦਾ ਰਸਤਾ ਹੈ, ਮਨਮੁਖਤਾਈ ਦਾ ਰਸਤਾ ਹੈ, ਆਹ ਨੇਕੀ ਹੈ, ਆਹ ਬਦੀ ਹੈ, ਆਹ ਪਾਪ ਹੈ, ਆਹ ਪੁੰਨ ਹੈ। ਗੁਰੂ ਸਾਡੇ ਵਿਵੇਕ ਨੂੰ ਘੜਦਾ ਹੈ। ਜਦੋਂ ਅਸੀਂ ਵਿਵੇਕਸ਼ੀਲ ਹੋ ਜਾਂਦੇ ਹਾਂ ਤਾਂ ਉਸ ਵੇਲੇ ਸਾਨੂੰ ਸੱਚ ਝੂਠ ਦੀ ਪਰਖ ਆ ਗਈ। ਗੁਰੂ ਦਾ ਪੱਲਾ ਫੜ ਕੇ ਐਵੇਂ ਅਸੀਂ ਜੋ ਜਨ ਪੀਰ ਨਿਵਾਜਿਆ ਤਿੰਨਾਂ ਅੰਸ਼ ਨਾ ਲਾ, ਫਿਰ ਅਸੀਂ ਕਿਸੇ ਵੀ ਕਿਸਮ ਦੀ ਮੁਸੀਬਤ ਤੋਂ ਬਚ ਜਾਂਦੇ ਹਾਂ। ਤਾਂ ਇਸੇ ਕਰਕੇ ਗੁਰਬਾਣੀ ਦੇ ਵਿੱਚ ਕਿਹਾ ਗਿਆ ਹੈ ਬਾਜ ਗੁਰੂ ਡੁੱਬਾ ਸੰਸਾਰ, ਵੀ ਸੰਸਾਰ ਗੁਰੂ ਤੋਂ ਬਿਨਾਂ ਡੁੱਬ ਜਾਂਦਾ, ਕਿਉਂਕਿ ਬਿਨਾਂ ਪਰਖ ਅਤੇ ਬਿਨਾਂ ਪਛਾਣ ਤੋਂ ਜੀਵ ਸੱਚ ਨੂੰ ਝੂਠ, ਝੂਠ ਨੂੰ ਸੱਚ ਸਮਝਣ ਦੀਆਂ ਗਲਤੀਆਂ ਅਤੇ ਭੁਲੇਖੇ ਪਾਲਦਾ। ਜਿਨ੍ਹਾਂ ਨੂੰ ਗੁਰੂ ਦੇ ਕੋਲੋਂ ਵਿਵੇਕ ਦੀ ਦਾਤ ਹਾਸਲ ਹੋ ਜਾਂਦੀ ਹੈ ਉਹ ਉੱਭਰ ਜਾਂਦੇ ਨੇ, ਉਹ ਬਚ ਜਾਂਦੇ ਨੇ, ਉਹਨਾਂ ਦਾ ਭਲਾ ਹੋ ਜਾਂਦਾ। ਸਾਹਿਬ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਜਿੱਥੇ ਅਸੀਂ ਗੁਰਬਾਣੀ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਵਸਾਉਣਾ ਹੈ ਉੱਥੇ ਇਤਿਹਾਸ ਦੇ ਪੰਨੇ ਵੀ ਅਸੀਂ ਆਪਣੀ ਸੁਰਤ ਵਿੱਚ ਲੈ ਕੇ ਆਉਣੇ ਨੇ। ਗੁਰੂ ਕੇ ਬਾਗ ਦੀ ਗੱਲ ਚੱਲੀ ਸੀ, ਇੱਕ ਸੰਖੇਪ ਜਿਹੀ ਗੱਲ ਇਸ ਸਾਕੇ ਦੇ ਸੰਬੰਧ ਵਿੱਚ ਕਹਿ ਕੇ ਖਿਮਾ ਦਾ ਜਾਚਕ ਹੋਵਾਂਗਾ। ਇਹ ਦਿਨ ਕੁਝ ਸਮਝਣ ਵਾਸਤੇ ਹੁੰਦੇ ਨੇ, ਇਤਿਹਾਸ ਦੀਆਂ ਇਹ ਘਟਨਾਵਾਂ। ਮੁਗਲਾਂ ਨਾਲ ਬੜਾ ਲੰਮਾ ਸਮਾਂ ਸਿੱਖਾਂ ਦਾ ਵਾਹ ਰਿਹਾ। ਮੁਗਲ ਕਾਲ ਨੇ ਸਾਡੇ ਗੁਰੂ ਪਾਤਸ਼ਾਹਾਂ ਨੂੰ ਸ਼ਹੀਦ ਵੀ ਕੀਤਾ, ਗੁਰੂ ਸਾਹਿਬ ਦੇ ਪਰਿਵਾਰ ਨੂੰ ਸ਼ਹੀਦ ਕੀਤਾ, ਆਨੰਦਪੁਰ ਦਾ ਉਜਾੜਾ, ਇਹ ਸਾਰਾ ਕੁਝ ਤੁਸੀਂ ਸਮਝਦੇ ਹੋ। ਇਸ ਤੋਂ ਬਾਅਦ ਇੱਕ ਵੱਡੀ ਕੌਮ ਨਾਲ ਵਾਹ ਪਿਆ ਜਿਸ ਨੂੰ ਅੰਗਰੇਜ਼ ਕਿਹਾ ਜਾਂਦਾ, ਬ੍ਰਿਟਿਸ਼ ਰਾਜ। ਸਭ ਤੋਂ ਬਾਅਦ ਪੰਜਾਬ ਹੀ ਸੀ ਜਿਹੜਾ ਅੰਗਰੇਜ਼ਾਂ ਦਾ ਗੁਲਾਮ ਹੋਇਆ 1859 ਦੇ ਵਿੱਚ। ਉਹ ਵੀ ਆਪਣੇ ਆਪ ਵਿੱਚ ਬੜੀ ਦੁੱਖਦਾਈ ਦਾਸਤਾਨ। ਆਪ ਵਿੱਚੋਂ ਜਿਹੜੇ ਪੜ੍ਹਨ ਦਾ ਸ਼ੌਂਕ ਰੱਖਦੇ ਹੋ ਜਾਂ ਨਹੀਂ ਵੀ ਰੱਖਦੇ ਤਾਂ ਪੈਦਾ ਕਰਕੇ ਦੋ ਪੁਸਤਕਾਂ ਜ਼ਰੂਰ ਪੜ੍ਹੋ। ਉਹ ਕਿਹੜੀਆਂ ਨੇ? ਸਿੱਖ ਰਾਜ ਕਿਵੇਂ ਬਣਿਆ ਅਤੇ ਸਿੱਖ ਰਾਜ ਕਿਵੇਂ ਗਿਆ। ਉਹਦੇ 'ਚ ਸਾਡੀ ਗੁਣ ਵੀ ਨੇ, ਸਾਡੀਆਂ ਪ੍ਰਾਪਤੀਆਂ ਔਰ ਸਾਡੀਆਂ ਬੇਵਕੂਫੀਆਂ ਵੀ ਨੇ। ਉਹ ਔਗਣ ਅੱਜ ਵੀ ਅਸੀਂ ਛੱਡੇ ਨਹੀਂ। ਸਿੱਖ ਰਾਜ ਕਿਵੇਂ ਬਣਿਆ ਸਾਡੀਆਂ ਪ੍ਰਾਪਤੀਆਂ ਦੀ ਦਾਸਤਾਨ ਹੈ, ਸਾਡੇ ਤਿਆਗ ਦੀ ਕਹਾਣੀ ਹੈ। ਸਿੱਖ ਰਾਜ ਕਿਵੇਂ ਗਿਆ ਸਾਡੀਆਂ ਕਮਜ਼ੋਰੀਆਂ ਦੀ ਕਹਾਣੀ। ਉਹਦੇ 'ਚ ਗਿਆਨੀ ਸੋਹਣ ਸਿੰਘ ਸੀਤਲ ਨੇ ਦੱਸਿਆ ਵੀ ਅਸੀਂ ਕਿਵੇਂ ਸਵਾਰਥੀ ਹੋਏ, ਵੀ ਅਸੀਂ ਨਾ ਖੁਦ ਖਾਧਾ ਅਤੇ ਨਾ ਅਸੀਂ ਕਿਸੇ ਨੂੰ ਖਾਣ ਹੀ ਦਿੱਤਾ। ਉਹ ਅਸੀਂ ਇੱਕ ਦੂਜੇ ਨੂੰ ਤਬਾਹ ਕੀਤਾ ਆਪਣੇ ਹੱਥੀਂ। ਉਹ ਗੁਨਾਹ ਕੀਤੇ ਜਿਹੜੇ ਇੰਨੇ 100 ਸਾਲਾਂ ਵਿੱਚ ਸਿੱਖਾਂ ਨੇ ਕਦੇ ਸੋਚੇ ਵੀ ਨਹੀਂ ਸਨ। ਤਾਂ ਗੁਰੂ ਨੇ ਆਪਣੀਆਂ ਮਿਹਰਾਂ ਦਾ, ਬਰਕਤਾਂ ਦਾ ਹੱਥ ਸਾਡੇ ਤੋਂ ਪਿੱਛੇ ਖਿੱਚ ਲਿਆ। ਗੁਰੂ ਨੇ ਆਖਿਆ ਠੀਕ ਹੈ, ਜੇ ਤੇਰਾ ਮੇਰੇ ਤੋਂ ਬਿਨਾਂ ਸਰਦਾ ਤਾਂ ਸਾਰ ਲੈ ਫਿਰ। ਔਰ ਅਸੀਂ ਇਹੋ ਜਿਹੇ ਘਸਿਆਰੇ ਬਣੇ ਵੀ ਉਦੋਂ ਬਾਅਦ ਅਸੀਂ ਉੱਠ ਨਹੀਂ ਸਕੇ। ਸੱਚਾਈ ਇਹ ਹੈ, ਸਤਿਗੁਰੂ ਦੀ ਸਿੱਖੀ ਦਾ ਪੱਲਾ ਜਿੱਥੇ ਜਿੱਥੇ ਵੀ ਇਤਿਹਾਸ ਦੇ ਕਿਸੇ ਮੋੜ 'ਤੇ ਆ ਕੇ ਸਿੱਖ ਨੇ ਘੁੱਟ ਕੇ ਫੜ ਲਿਆ ਨਾ, ਸੱਚ ਜਾਣੋ ਹਾਰਾਂ ਜਿੱਤਾਂ 'ਚ ਤਬਦੀਲ ਹੋਈਆਂ।
ਅਤੇ ਜਿੱਥੇ ਵੀ ਸਿੱਖ ਨੂੰ ਗਰੂਰ ਆਇਆ ਨਾ ਵੀ ਮੈਂ ਗੁਰੂ ਤੋਂ ਬਿਨਾਂ ਸਾਰ ਸਕਦਾ, ਉਹਦੀ ਸੁਰਤ ਹੰਕਾਰ ਦੀ ਲਪੇਟ, ਸਵਾਰਥ ਦੀ ਲਪੇਟ 'ਚ ਆਈ, ਉੱਥੇ ਸਾਡੀਆਂ ਹਾਰਾਂ ਵੀ ਤਬਾਹੀਆਂ ਵੱਲ, ਸਾਨੂੰ ਜਿੱਤਾਂ ਵੀ ਸਾਨੂੰ ਸਾਡੀਆਂ ਤਬਾਹੀਆਂ ਵੱਲ ਲੈ ਕੇ ਜਾਂਦੀਆਂ ਰਹੀਆਂ। ਦੁੱਖ ਦਾਰੂ ਸੁੱਖ ਰੋਗ ਪਿਆ, ਜਾਂ ਸੁੱਖ ਤਾਮ ਨਾ ਹੋਏ। ਅੰਗਰੇਜ਼ਾਂ ਨੇ, ਬ੍ਰਿਟਿਸ਼ ਰਾਜ ਨੇ ਕੋਈ ਘੱਟ ਜ਼ੁਲਮ ਨਹੀਂ ਕੀਤੇ ਸਿੱਖਾਂ ਦੇ ਉੱਤੇ। ਕਦੇ ਇਤਿਹਾਸ ਦੇ ਪੰਨੇ ਪੜ੍ਹਨਾ, ਦਰਬਾਰ ਸਾਹਿਬ ਜਦੋਂ ਤੁਸੀਂ ਜਾਂਦੇ ਹੋ, ਦਰਬਾਰ ਸਾਹਿਬ ਦਾ ਇੱਕ ਪਾਸਾ ਜਿਹਨੂੰ ਘੰਟਾ ਘਰ ਵਾਲਾ ਪਾਸਾ ਕਿਹਾ ਜਾਂਦਾ, ਘੰਟਾ ਘਰ ਬਣਾਏ ਸਨ ਪੰਜਾਬ ਵਿੱਚ ਬ੍ਰਿਟਿਸ਼ ਰਾਜ ਨੇ, ਲੁਧਿਆਣੇ ਬਣਿਆ ਹੋਇਆ, ਹੋਰ ਥਾਵਾਂ 'ਤੇ ਬਣੇ ਨੇ, ਜਿਹਨੂੰ ਟਾਵਰ ਕਲੋਕ ਟਾਵਰ ਕਿਹਾ ਜਾਂਦਾ ਸੀ। ਦਰਅਸਲ ਇਹ ਘੰਟਾ ਘਰ ਨਾਮ ਹੀ ਆਪਣੇ ਆਪ ਵਿੱਚ ਇਸ ਯਾਦ ਦਾ ਵੀ ਇਸ ਪਾਸੇ ਅੰਗਰੇਜ਼ਾਂ ਨੇ ਬਹੁਤ ਵੱਡੀ ਚਰਚ ਉਸਾਰ ਦਿੱਤੀ ਸੀ ਦਰਬਾਰ ਸਾਹਿਬ ਦੀ ਹਦੂਦ ਵਿੱਚ। ਇਹਦੀਆਂ ਤਸਵੀਰਾਂ ਮੌਜੂਦ ਨੇ, ਚਰਚ ਬਣਾ ਦਿੱਤਾ ਗਿਆ। ਇੰਨੀਆਂ ਢਹਿੰਦੀਆਂ ਕਲਾ ਵਿੱਚ ਸਿੱਖ ਚਲੇ ਗਏ ਸਨ ਵੀ ਉਹ ਆਪਣੇ ਮਜ਼ਹਬੀ ਇਨਸਾਨਾਂ ਨੂੰ ਵੀ ਪ੍ਰੋਟੈਕਟ ਨਹੀਂ ਸਨ ਕਰ ਪਾ ਰਹੇ। ਇੱਕ ਲਹਿਰ ਚੱਲੀ ਗੁਰਦੁਆਰਾ ਸੁਧਾਰ ਲਹਿਰ, ਸਿੰਘ ਸਭਾ ਲਹਿਰ ਤੋਂ ਬਾਅਦ, ਇਹ ਉਸ ਗੁਰਦੁਆਰਾ ਸੁਧਾਰ ਲਹਿਰ ਦੇ ਇਤਿਹਾਸ ਵਿੱਚ ਆਉਂਦਾ ਗੁਰੂ ਕੇ ਬਾਗ ਦਾ ਮੋਰਚਾ, ਜਿੱਥੇ ਸਿੱਖਾਂ ਨੂੰ ਆਪਣੀ ਜ਼ਮੀਨ ਦੇ ਉੱਤੇ ਜਾਣ ਦਾ ਹੀ ਅਧਿਕਾਰ ਨਹੀਂ ਸੀ, ਮਹੰਤਾਂ ਦੀ ਪਿੱਠ ਪੂਰਦੀ ਸੀ ਸਰਕਾਰ। ਪਰ ਮੁਆਫ ਕਰਨਾ, ਅਸੀਂ ਮਾਡਰਨ ਤਰੀਕੇ ਦੇ ਮਹੰਤ ਪੈਦਾ ਕਰ ਲਏ। ਉਸ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਇੱਕ ਵਾਰ ਸਟੇਜ 'ਤੇ ਗੱਲ ਕੀਤੀ ਸੀ, ਜਦੋਂ ਅਸੀਂ ਵੋਟਾਂ ਦੇ ਨਾਲ ਕਮੇਟੀ ਪਹਿਲੀ ਵਾਰ ਚੁਣੀ ਸੀ ਤਾਂ ਕੌਮ ਦੇ ਦੋ ਵਿਦਵਾਨ ਸਨ, ਜਿਨ੍ਹਾਂ 'ਚ ਬਾਬਾ ਹਰਕਿਸ਼ਨ ਸਿੰਘ ਜੀ ਵੀ ਸਨ। ਉਹਨਾਂ ਨੇ ਕਿਹਾ ਉਹ ਮਹੰਤ ਤਾਂ ਆਪਾਂ ਕੱਢ ਲਏ ਡਾਂਗਾਂ ਲੈ ਕੇ, ਇਹ ਨਹੀਂ ਨਿਕਲਣੇ ਹੁਣ, ਇਹ ਕਾਨੂੰਨ ਦਾ ਦੀ ਅਥਾਰਟੀ ਨਾਲ ਆਉਂਦੇ ਨੇ ਅਗਲੇ, ਤੁਹਾਡੀ ਵੋਟ ਲੈ ਕੇ ਇਹ ਨਹੀਂ ਨਿਕਲ ਸਕਦੇ। ਔਰ ਸੱਚੀ ਗੱਲ ਹੈ, ਧਰਮ ਅਸਥਾਨਾਂ ਦੇ ਉੱਤੇ ਕਾਨੂੰਨ ਦਾ ਕੁੰਡਾ ਅਸੀਂ ਖੁਦ ਰੱਖ ਲਿਆ, ਸਾਨੂੰ ਪਤਾ ਵੀ ਨਾ ਲੱਗਾ, ਅਸੀਂ ਇੱਕ ਮੁਸੀਬਤ ਤੋਂ ਬਚਦੇ ਬਚਦੇ ਦੂਜੀ ਮੁਸੀਬਤ ਦੇ ਰਾਹ ਪੈ ਗਏ। ਔਰ ਇਹ ਐਡੀ ਵੱਡੀ ਮੁਸੀਬਤ ਹੈ, ਸਦੀਆਂ ਤਲਕ ਇਹਦਾ ਬਦਲ ਹੀ ਕੋਈ ਨਹੀਂ, ਇਹਦਾ ਕੋਈ ਬਦਲ ਨਹੀਂ। ਸਤਿਗੁਰੂ ਦੀ ਸਭ ਤੋਂ ਵੱਡੀ ਦਾਤ ਸੀ ਸਿੱਖਾਂ ਨੂੰ ਧਰਮਸ਼ਾਲ, ਧਰਮਸ਼ਾਲ ਨੂੰ ਗੁਰਦੁਆਰਾ ਕਿਹਾ ਜਾਣ ਲੱਗਿਆ। ਗੁਰੂ ਕੇ ਬਾਗ ਦਾ ਮੋਰਚਾ ਲੱਗਿਆ, ਉਸ ਵੇਲੇ ਸਿੱਖਾਂ ਨੇ ਕੈਦ ਕੀਤਾ ਕੋਈ ਸਿੱਖ ਹਥਿਆਰ ਲੈ ਕੇ ਉਸ ਮੋਰਚੇ 'ਚ ਸ਼ਾਮਲ ਨਾ ਹੋਵੇ, ਕੋਈ ਸਿੱਖ ਉੱਚੀ ਨਾਰਾ ਨਾ ਲਾਏ, ਕੋਈ ਸਿੱਖ ਕਿਸੇ ਦੇ ਬਰਖਿਲਾਫ ਗੱਲ ਨਾ ਕਰੇ, ਅਸੀਂ ਸ਼ਾਂਤਮਈ ਤਰੀਕੇ ਨਾਲ ਇਸ ਮੋਰਚੇ 'ਚ ਸ਼ਾਮਲ ਹੋਵਾਂਗੇ। ਸਿੱਖ ਇਸ ਮੋਰਚੇ ਵਿੱਚ ਜਾਂਦੇ ਜਥੇ ਲੈ ਕੇ, ਜਿਹੜੀ ਹੱਦ ਅੰਗਰੇਜ਼ ਸਰਕਾਰ ਨੇ ਮਿੱਥੀ ਸੀ ਵੀ ਇਸ ਜ਼ਮੀਨ 'ਚ ਤੁਸੀਂ ਅੰਦਰ ਐਂਟਰ ਨਹੀਂ ਹੋ ਸਕਦੇ, ਸਿੱਖ ਉੱਥੋਂ ਤੱਕ ਜਾਂਦੇ, ਅੱਗੇ ਸਾਹਮਣੇ ਖੜ੍ਹੀ ਹੋਈ ਪੁਲਿਸ ਜਿਹੜੀ ਹੈ ਉਹਨਾਂ 'ਤੇ ਲਾਠੀਆਂ ਅਤੇ ਡਾਂਗਾਂ ਦਾ ਮੀਂਹ ਵਰਾ ਦਿੰਦੇ। ਉਹ ਜਿੰਨਾ ਚਿਰ ਬੇਹੋਸ਼ ਨਾ ਹੋ ਜਾਂਦੇ ਉਹਨਾਂ ਚਿਰ ਸਤਨਾਮ ਵਾਹਿਗੁਰੂ ਦਾ ਪਾਠ ਕਰਦੇ ਰਹਿੰਦੇ। ਬੇਹੋਸ਼ ਹੋਇਆਂ ਨੂੰ ਚੁੱਕ ਚੁੱਕ ਕੇ ਪਾਸੇ ਸੁੱਟਿਆ ਜਾਂਦਾ ਅਤੇ ਨਵਾਂ ਜਥਾ ਆ ਜਾਂਦਾ। ਪਰ ਪਾਦਰੀ ਦੀ ਜ਼ਬਾਨ ਦੇ ਵਿੱਚੋਂ ਇਹ ਸ਼ਬਦ ਨਿਕਲੇ, ਮੈਂ ਹਜ਼ਾਰਾਂ ਈਸਾ ਗੁਰੂ ਕੇ ਬਾਗ ਵਿੱਚ ਸੂਲੀ ਚੜ੍ਹਦੇ ਵੇਖੇ। ਹਜ਼ਾਰਾਂ ਈਸਾ, ਸਾਡਾ ਤਾਂ ਇੱਕ ਈਸਾ ਜਿਹੜਾ ਸੂਲੀ 'ਤੇ ਚੜ੍ਹਿਆ, ਅਸੀਂ ਆਖਦੇ ਹਾਂ ਸ਼ਾਂਤੀ ਦਾ ਮਸੀਹਾ ਹੈ, ਪ੍ਰੇਮ ਦਾ ਪੁਜਾਰੀ ਹੈ, ਪਰ ਮੈਂ ਗੁਰੂ ਕੇ ਬਾਗ ਵਿੱਚ ਵੇਖਿਆ ਸਾਡੀ ਪੁਲਿਸ ਨੇ ਡਾਂਗਾਂ ਦੇ ਨਾਲ ਉਹਨਾਂ ਨੂੰ ਪਿੰਜ ਸੁੱਟਿਆ, ਸੈਂਕੜੇ ਹਜ਼ਾਰਾਂ ਲੋਕਾਂ ਨੂੰ, ਪਰ ਸਤਨਾਮ ਵਾਹਿਗੁਰੂ ਤੋਂ ਬਿਨਾਂ ਉਹਨਾਂ ਨੇ ਕੋਈ ਦੂਜਾ ਲਫ਼ਜ਼ ਆਪਣੀ ਜ਼ਬਾਨ ਤੋਂ ਨਾ ਕਿਹਾ।
ਹਜ਼ਾਰਾਂ ਈਸਾ ਮੈਂ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸ਼ਾਂਤਮਈ ਢੰਗ ਨਾਲ ਸੂਲੀ ਚੜ੍ਹਦੇ ਵੇਖੇ। ਬੜੀ ਅਹਿਮ ਦਾਸਤਾਨ ਹੈ ਸਿੱਖ ਇਤਿਹਾਸ ਦੀ, ਔਰ ਉੱਥੇ ਸਾਡੇ ਬਜ਼ੁਰਗਾਂ ਦੇ ਸਿਦਕ ਦੇ ਕਾਰਨਾਮੇ ਸਨ ਵੀ ਅੰਗਰੇਜ਼ ਸਾਨੂੰ ਆਪ ਚਾਬੀਆਂ ਫੜਾਉਣ ਆਏ ਸਨ। ਸਾਨੂੰ ਚਾਬੀਆਂ ਦੀ ਖੁਸ਼ੀ ਹੋਈ ਕਿ ਸਾਨੂੰ ਚਾਬੀਆਂ ਆਪ ਅੰਗਰੇਜ਼ ਦੇਣ ਵਾਸਤੇ ਆਏ ਨੇ, ਸਾਨੂੰ ਆਪ ਸਰਕਾਰ ਸਾਡੇ ਗੁਰਧਾਮ ਸਾਨੂੰ ਵਾਪਸ ਕਰ ਰਹੀ ਹੈ। ਪਰ ਉਹਨੇ ਜਿਹੜੇ ਕਾਨੂੰਨ ਸਾਡੇ ਉੱਤੇ ਲਾ ਦਿੱਤੇ, ਉਹ ਚਾਬੀਆਂ ਦੇ ਨਾਲ ਜਿਹੜਾ ਛੱਲਾ ਸਾਨੂੰ ਦੇ ਗਿਆ ਉਹ ਸਾਨੂੰ ਅੱਜ ਵੀ ਟਿਕਣ ਨਹੀਂ ਦਿੰਦਾ। ਇਸ ਕਰਕੇ ਗੁਰੂ ਕੇ ਪਿਆਰ ਵਾਲਿਓ, ਗੁਰਮਤ ਨਾਲ ਜੁੜੀਏ, ਉਪਦੇਸ਼ ਨਾਲ ਜੁੜੀਏ, ਗੁਰਬਾਣੀ ਦੇ ਉਪਦੇਸ਼ ਅਤੇ ਇਤਿਹਾਸ ਨੂੰ ਆਪ ਪੜ੍ਹਨ ਅਤੇ ਸਮਝਣ ਦਾ ਆਪਾਂ ਯਤਨ ਕਰਦੇ ਰਹੀਏ, ਤਾਂ ਕਿ ਸਾਡੇ 'ਚੋਂ ਗੁਣ ਫਿਰ ਪੈਦਾ ਹੋਣ ਜਿਹੜੇ ਅਸੀਂ ਗੁਰੂ ਸਾਹਿਬ ਜੀ ਤੋਂ ਸਾਡੇ ਬਜ਼ੁਰਗਾਂ ਨੇ ਗ੍ਰਹਿਣ ਕੀਤੇ ਅਤੇ ਸਿੱਖੀ ਨੂੰ ਚਾਰ ਚੰਨ ਲੱਗ ਗਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਮੂਹ ਸੰਗਤ ਦਾ, ਸਮੂਹ ਪ੍ਰਬੰਧਕ ਸੇਵਾਦਾਰਾਂ ਦਾ, ਸਮੂਹ ਭਾਈ ਸਾਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।